ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਸੰਗਤ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਹਰੇਕ ਐਤਵਾਰ ਸਾਡੇ ਕੋਲ ਕੋਈ ਨਾ ਕੋਈ ਗੈਸਟ ਸਪੀਕਰ ਕਿਸੇ ਪ੍ਰੈਜੈਂਟੇਸ਼ਨ ਨਾਲ ਆਉਂਦੇ ਨੇ ਔਰ ਇੱਕ ਨਵਾਂ ਵਿਸ਼ਾ ਹੁੰਦਾ ਅੱਜ ਦਾ ਵਿਸ਼ਾ ਬਹੁਤ ਹੀ ਅਹਿਮ ਹੈ ਜਿਸ ਨਾਲ ਆਪ ਜੀ ਸਕਰੀਨ ਤੇ ਦੇਖ ਰਹੇ ਹੋ ਡਾਕਟਰ 인ਦਰਜੀਤ ਸਿੰਘ ਜੀ ਕਮੇਅਰਮੈਨ ਫਾਰ ਯੂਨਿਟ ਸਨਵੇ ਇੱਕ ਬਹੁਤ ਮੁੱਖੀ ਸ਼ਖਸੀਅਤ ਸਨ ਡਾ. ਸਾਹਿਬ ਡਿਟੇਲ ਦੀ ਉਹਨਾਂ ਦੀ ਲਾਈਫ ਬਾਰੇ ਹੁਣ ਸਾਨੂੰ ਜਿਹੜਾ ਸਪੀਕਰ ਨੇ ਸਾਹਿਬ ਜੀ ਸਿੰਘ ਜੀ ਉਹ ਦੱਸਣਗੇ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਖੁਦ ਉਹਨਾਂ ਨਾਲ ਬੜੇ ਨੇੜੇ ਹੋ ਕੇ ਦੇਖਣ ਦਾ ਮੌਕਾ ਮਿਲਿਆ ਕਿਉਂਕਿ ਮੈਂ ਵੀ ਬੈਂਕ ਦਾ ਬੈਂਕਿੰਗ ਜੌਬ ਕਰਦਾ ਸੀ ਤੇ ਸਾਡੇ ਬੜੇ ਸਤਿਕਾਰਯੋਗ ਚੇਅਰਮੈਨ ਸਾਹਿਬ ਪਰ ਉਹਨਾਂ ਦੇ ਕੇਵਲ ਆਪਾਂ کئی ਇੱਕ ਪੱਖ ਨੇ ਜੋ ਬੈਂਤੀਕ ਦੀ ਬਹੁਤ ਪਖੀ شخصیت ਹੈ ਇੱਕ ਬਹੁਤ ਹੀ ਵਧੀਆ ਇਨਸਾਨ ਉਸ ਬਾਅਦ ਉਹਨਾਂ ਨੇ ਇਹ ਇੱਕ ਗੱਲ ਜਿਹੜੀ ਹੈ ਉਹ ਬਿਲਕੁਲ ਸਾਡੇ ਦੇਸ਼ ਵਾਸੀਆਂ ਦੀ ਗੱਲ ਚ ਪਾਈ ਇਹਨੇ ਤੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਭਈ ਇਹ ਜਿਹੜੇ ਸਿੰਘ ਨੇ ਜੀ ਜਾਂ ਲੜਣਾ ਜੁੜਣਾ ਜਾਣਦੇ ਨੇ ਜਾਂ ਸੁਲਾਣਾ ਕਰਨਾ ਜਾਣਦੇ ਨੇ ਉਹਨਾਂ ਨੇ ਦੱਸਿਆ ਕਿ ਨਹੀਂ ਸਿੰਘ ਜਿਹੜੇ ਨੇ ਬਹੁਤ ਵਧੀਆ ਵਧੀਆ ਫਾਈਨੈਂਸ ਸੈਕਟਰ ਦੇ ਵਿੱਚ ਬੜੇ ਵਧੀਆ ਇਹ प्रूव ਹੋਇਆ ਉਹਨਾਂ ਨੇ ਇਸ ਬੈਂਕ ਨੂੰ ਚੜ੍ਹਦੀ ਕਲਾ ਚ ਲਿਆ ਕੇ ਬਾਕੀ ਜਿਹੜੇ ਕਾਰਨਾਮੇ ਕੀਤੇ ਉਹ ਵੀਰ ਜੀ ਤੁਹਾਨੂੰ ਉਹ ਦੱਸਣਗੇ ਉਹਨਾਂ ਦੀ ਜ਼ਾਤੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਵਧੀਆ ਬਹੁਤ ਵਧੀਆ ਸੀ ਜ਼ਿੰਦਗੀ ਸੀ ਤੇ ਉਹਨਾਂ ਨੇ ਦੀ ਇੱਕ ਗੱਲ ਜਿਹੜੀ ਹੈ ਮੈਂ ਵੀ ਪੱਲੇ ਬੰਨੀ ਮੈਨੂੰ ਖਿਮਾ ਕਰਨਾ ਮੈਂ ਉਹ ਦੱਸਣੀ ਕਿਉਂ ਨਾ ਕਿ ਜਿਵੇਂ ਬੈਂਕ ਚ ਥੋੜੀ ਦੇਰ ਪਹਿਲੇ ਪੜhti ਹੋਇਆ ਸੀ ਤੇ ਟ੍ਰੇਨਿੰਗ ਕਾਲਜ ਜਿਸ ਅੰਦਰ ਸੀ ਗਏ ਤੇ ਉਥੇ ਆਏ ਸਨ ਉਹਨਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਵੀ ਜੋ ਵੀ ਤੁਸੀਂ ਕਰਦੇ ਹੋ ਚਾਹੇ ਤੁਸੀਂ ਮੁਲਾਜ਼ਮਤ ਹੋ ਚਾਹੇ ਤੁਸੀਂ ਵਪਾਰ ਕਰਦੇ ਹੋ ਕੁਝ ਵੀ ਕਰਦੇ ਹੋ ਕਹਿੰਦੇ ਜਿਹੜਾ ਕੰਮ ਕਰਦੇ ਹੈ ਕਦੀ ਆਮ ਤੌਰ ਤੇ ਨਾ ਕਰਨਾ ਇਹ ਕਰਨਾ ਹੈ ਕਿ ਮੈਂ ਸਭ ਤੋਂ ਬੈਸਟ ਕਰਨਾ ਹੈ ਕਿ ਜੇ ਵਪਾਰੀ ਹੈ ਤਾਂ ਬੈਸਟ ਵਪਾਰੀ ਹੋ ਜੇ ਬੈਂਕਰ ਹੈ ਤਾਂ ਬੈਸਟ ਬੈਂਕਰ ਹੋ ਤਾਂ ਉਹ ਗੱਲ ਮੇਰੇ ਮਨ 'ਚ ਬੜੀ ਵਧੀਆ ਲੱਗੀ ਬੜੀ ਘੱਟ ਕਰ ਗਈ ਕਿ ਜਿਹੜਾ ਕੰਮ ਕਰੋ ਕਮਿਟਮੈਂਟ ਨਾਲ ਕਰੋ ਉਹਨਾਂ ਦੀ ਇੱਕ ਬੜੀ ਵੱਡੀ ਅਗਵਾਈ ਸੀ ਇੱਕ ਲਾਈਨ ਦੀ ਜਿਹੜੀ ਮੈਨੂੰ ਅੱਜ ਤੱਕ ਬਹੁਤ ਚੰਗੀ ਤਰ੍ਹਾਂ ਯਾਦ ਹੈ ਔਰ ਮੈਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ ਖੈਰ ਮੈਂ ਬਹੁਤ ਆਸਮਾਨੀ ਲੈਂਦਾ ਬੇਨਤੀ ਕਰ ਰਿਹਾ ਸਤ ਸਰਜੀਤ ਸਿੰਘ ਜੀ ਰੇਣੂ ਦਾ ਉਹ ਡਾਕਟਰ ਅਨਰਜੀਤ ਸਿੰਘ ਵਿਭਾਦੇ ਉਹਨਾਂ ਦਾ ਜੀਵਨ ਤੇ ਉਹਨਾਂ ਦੀ ਦੇਣ ਕੀ ਹੈ ਉਹਦੇ ਬਾਰੇ ਸਾਡੇ ਨਾਲ ਗੱਲਾਂ ਕਰਨਗੇ ਉਹਨਾਂ ਨੂੰ ਤੇ ਡਾਕਟਰ ਸਾਹਿਬ ਸਰਜੀਤ ਸਿੰਘ ਜੀ ਦਾ ਸਵਾਗਤ ਹੈ ਉਹ ਪੂਰੀ ਸਿਰਪਾ ਕਰਕੇ ਆਪਣਾ ਪ੍ਰੋਗਰਾਮ ਜੀ ਸ਼ੁਰੂ ਕਰਨ ਸਤ ਸਰਜੀਤ ਸਿੰਘ ਜੀ ਰੇਣੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਸਾਰਿਆਂ ਦਾ ਸਵਾਗਤ ਹੈ ਬਹੁਤ ਹੀ ਕਮਾਲ ਦਾ ਇਹ ਉਦਮ ਆਪ ਕਰਦੇ ਹੋ ਹਰ ਰੋਜ਼ ਹੱਥ ਜਿਹੜੀ ਮੇਰੀ ਸੇਵਾ ਲੱਗੀ ਹੈ ਉਹ ਡਾਕਟਰ ਇੰਦਰਜੀਤ ਸਿੰਘ ਜੀ ਪੰਜਾਬ ਐਂਡ ਸਿੰਧ ਬੈਂਕ ਦੇ ਫਾਰਮਰ ਚੇਅਰਮੈਨ ਆਪਾਂ ਸਾਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਦਾ ਨਾਮ ਸੁਣਿਆ ਹੋਇਆ ਹੈ ਪਰ ਕਿਹ ਸ਼ਖਸੀਅਤ ਨੇ ਇਹਨੂੰ ਕਿੱਥੋਂ ਦੀ ਕਿੱਥੇ ਪਹੁੰਚਾ ਦਿੱਤਾ ਇਹ ਸਾਨੂੰ ਬਹੁਤਿਆਂ ਨੂੰ ਨਹੀਂ ਪਤਾ ਮੈਨੂੰ ਜਦੋਂ ਅੱਜ ਤੋਂ ਕਰੀਬ 20 ਸਾਲ ਪਹਿਲਾਂ ਪਤਾ ਲੱਗਾ ਕਿ ਡਾਕਟਰ ਇੰਦਰਜੀਤ ਸਿੰਘ ਜੀ ਨੇ 18000 ਗੁਰਸਿੱਖਾਂ ਨੂੰ ਰੋਜ਼ਗਾਰ ਦਿੱਤਾ ਸੀ ਮੈਂ ਇਹਦੇ 'ਚ ਹੀ ਬੜਾ ਹੈਰਾਨ ਤੇ ਖੁਸ਼ ਹੁੰਦਾ ਸੀ ਵੀ ਇੱਕ ਸਿੱਖ ਨੇ ਐਫਓਜੀਆ ਬੈਂਕ ਬਣਾਇਆ ਚੜ੍ਹਦੀ ਕਲਾ 'ਚ ਲਹਿ ਗਏ ਕਿ 18000 ਕਰਾਂ ਦਾ ਰੋਜ਼ਗਾਰ ਉਹਦਾ ਪ੍ਰਬੰਧ ਕੀਤਾ ਥੋੜੀ ਦੇਰ ਬਾਅਦ ਮੈਨੂੰ ਪਤਾ ਲੱਗਾ ਜੀ ਕੱਲਾ ਇਹ ਨਹੀਂ ਉਹਨਾਂ ਨੇ ਕਿੰਨੇ ਹੀ ਗੁਰਸਿੱਖਾਂ ਨੂੰ ਕਰਜ਼ੇ ਦੇ ਕੇ ਤੇ ਉਹਨਾਂ ਦੇ ਕਾਰੋਬਾਰ ਸੈੱਟ ਕਰਾਈ ਇਹ ਇੱਕ ਬਹੁਤ ਹੀ ਕਮਾਲ ਦੀ ਗੱਲ ਤੇ ਕੱਲਾ ਇੱਥੇ ਹੀ ਨਹੀਂ ਪੰਜਾਬ ਬੰਡ ਸਿੰਧ ਬੈਂਕ ਨੇ ਮੈਂ ਮਹਿਸੂਸ ਕਰਦਾ ਕਿਸੇ ਟੌਪ ਤੇ ਜ਼ਬਰਦਸਤ ਪੰਥਕ ਸੰਸਥਾ ਨਾਲੋਂ ਵੀ ਵੱਡੇ ਕੰਮ ਕੀਤੇ ਸੋ ਅੱਜ ਅਸੀਂ ਉਹਨਾਂ ਦੇ ਜੀਵਨ ਬਾਰੇ ਕੁਝ ਵਿਚਾਰਾਂ ਕਰਾਂਗੇ ਚਲਕਾ ਆਉਣਾ ਦੀਆਂ ਰਾਜਾ ਸਿੰਘ ਜੀ ਨੇ ਜੋ ਦੱਸਿਆ ਔਰ ਆਪ ਵੀ ਹੋਰ ਵੀ ਕਈ ਮੈਂਬਰ ਸਹਿਬਾਨ ਬੈਂਕ ਨਾਲ ਜੁੜੇ ਹੋ ਉਹਨਾਂ ਨਾਲ ਜਾਦਾ ਸਾਡੇ ਮੇਰੇ ਨਾਲੋਂ ਜ਼ਿਆਦਾ ਤੁਸੀਂ ਮਿਲੇ ਹੋ ਤੇ ਜਾਣਦੇ ਹੋ ਬਹੁਤ ਕੁਝ ਹੋਏਗਾ ਲੇਕਿਨ ਕੁਝ ਜੀਵਨ ਚਲਕਾ ਜਿਹੜੀਆਂ ਅਸੀਂ ਅੱਜ ਵਿਚਾਰਦੇ ਹਾਂ ਕਿਉਂਕਿ ਅਗਲੇ ਸ਼ਨੀਵਾਰ 11 ਨਵੰਬਰ ਨੂੰ ਉਹਨਾਂ ਦਾ ਜਨਮ ਜਿਹੜਾ ਹੈ 11 ਨਵੰਬਰ 1911 ਨੂੰ ਹੋਇਆ ਸੀ 11 11 11 ਤੇ ਇਸ ਸਾਲ ਇੱਕ ਬੜੀ ਵਿਲੱਖਣ ਵੱਖ-ਵੱਖ ਸੰਸਥਾਵਾਂ ਮਾਣੇ ਉਦਮ ਕੀਤਾ ਹੈ ਮੈਂ ਅੱਜ ਵੀ ਚੰਡੀਗੜ੍ਹ ਵੀ ਸਿੱਖ ਹੋਪ ਚੈਰੀਟੇਬਲ ٹرسٹ ਤੇ ਵੀਰਾਂ ਨੂੰ ਮਿਲ ਕੇ ਆਇਆ ਕਿ ਇਸ ਸਾਲ ਇਹਨੂੰ ਵਰਲਡ ਸਿੱਖ ਐਂਟਰਪ੍ਰਾਈਜ਼ ਡੇ ਵਜੋਂ ਮਨਾਇਆ ਜਾ ਰਿਹਾ ਹੈ ਕਿ ਅਸੀਂ ਵੀ ਡਾਕਟਰ ਇੰਦਰਜੀਤ ਸਿੰਘ ਵਾਂਗ ਕੁਝ ਐਂਟਰਪ੍ਰੈਨਿਓਰial ਵਰਕ ਕਰ ਸਕੀਏ ਉਹ ਕੀ ਨਹੀਂ ਅਸੀਂ ਲਾਸਟ ਤੇ ਵਿਚਾਰਾਂਗੇ ਪਹਿਲਾਂ ਡਾਕਟਰ ਇੰਦਰਜੀਤ ਸਿੰਘ ਜੀ ਤੇ ਜੀਵਨ ਦੀਆਂ ਕੁਝ ਝਲਕਾਂ ਉਹਨਾਂ ਦਾ ਪਹਿਲਾ ਨਾਮ ਹੀਰਾ لال ਸੀ ਮਾਤਾ ਜੀ ਉਹਨਾਂ ਦੇ ਗੁਰੂ ਘਰ ਨਾਲ ਇੰਨਾ ਪਿਆਰ ਸੀ ਕਿ ਹਰ ਰੋਜ਼ ਸਵੇਰੇ 3 ਵਜੇ ਗੁਰਦੁਆਰਾ ਸਾਹਿਬ ਲੈ ਜਾਂਦੇ ਸੀ ਤੇ ਕਹਿੰਦੇ ਨੇ ਜੋ ਮੈਨੂੰ ਪਰਿਵਾਰ ਦੇ ਸੋਰਸਿਸ ਤੋਂ ਪਤਾ ਲੱਗਾ ਇਹਨਾਂ ਬਾਰੇ ਅਸੀਂ ਕਿਤਾਬ ਛਾਪੀ ਹੈ ਜੀ ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ ਤੇ ਮੈਂ ਉਹਦੇ ਵਿੱਚੋਂ ਹੀ ਕੁਝ ਚੀਜ਼ਾਂ ਅੱਜ ਦੇ ਨਾਲ ਸ਼ੇਅਰ ਕਰਾਂਗਾ ਕਿ ਜਦੋਂ 3 ਮਹੀਨਿਆਂ ਦੇ ਸਨ ਉਦੋਂ ਸਰਦੀ ਦੇ ਸਮੇਂ ਵਿੱਚ ਵੀ ਕਹ ਲੋ ਜੀ ਜਨਵਰੀ ਦਾ ਸਮਾਂ ਹੋਵੇ ਤੇ ਮਾਤਾ ਜੀ ਉਹਨਾਂ ਨੂੰ ਅੰਮ੍ਰਿਤ ਵੇਲੇ ਗੁਰਦੁਆਰੇ ਲੈ ਜਾਂਦੇ ਸੀ ਮਾਤਾ ਜੀ ਦਾ ਨਾਮ ਦੌਲਤਾਈ ਸੀ ਤੇ ਲੋਕ ਉਹਨਾਂ ਨੂੰ ਕਹਿੰਦੇ ਸੀ ਵੀ ਆਪਣੇ ਨਹੀਂ ਤੇ ਬੱਚਿਆ ਤੇ ਬੱਚੇ ਤਾਂ ਹੀ ਤਰਸ ਕਰ ਲੈ ਕਿਉਂ ਠੰਡ ਵਿੱਚ ਗੁਰਦੁਆਰੇ ਲੈ ਕੇ ਜਾਣੀ ਬਿਮਾਰ ਹੋ ਜਾਏਗਾ ਤੇ ਮਾਤਾ ਜੀ ਦਾ ਇੰਨਾ ਵਿਸ਼ਵਾਸ ਸੀ ਕਿ ਅੰਮ੍ਰਿਤ ਵੇਲੇ ਗੁਰਦੁਆਰੇ ਜਾਣ ਨਾਲ ਅਸੀਂ ਬਿਮਾਰ ਨਹੀਂ ਹੁੰਦੇ ਸਗੋ ਗ੍ਰਫਤਾਵਾਂ ਟਲ ਜਾਂਦੀਆਂ ਔਰ ਐਸੀ ਮਾਤਾ ਦਾ ਜਿਹੜਾ ਪ੍ਰਭਾਵ ਹੀਰਾ ਲਾਲ ਜੀ ਨੂੰ ਬਚਪਨ ਚ ਮਿਲਿਆ ਤੇ ਕਹਿੰਦੇ ਨੇ ਵੀ ਡਾਕਟਰ ਇੰਦਰਜੀਤ ਸਿੰਘ ਜੀਵਨ ਸੰਬੰਧੀ ਸਾਰੇ ਵੱਡੇ ਫੈਸਲੇ ਅੰਮ੍ਰਿਤ ਵੇਲੇ ਹੀ ਲੈਂਦੇ ਰਹੇ ਜਿਨੀਆਂ ਗੁੰਝਲਾਂ ਸੁਲਝਾਉਣੀਆਂ ਸੀ ਦਲੇਰੀ ਭਰੇ ਫੈਸਲੇ ਲੈਂਦੇ ਸੀ ਉਹ ਕਹਿੰਦੇ ਜੀ ਅੰਮ੍ਰਿਤ ਵੇਲੇ ਹੀ ਲੈਂਦੇ ਸੀ ਕਿਉਂਕਿ ਮਾਤਾ ਨੇ ਸ਼ੁਰੂ ਤੋਂ ਹੀ ਅੰਮ੍ਰਿਤ ਵੇਲੇ ਨਾਲ ਜੋੜਿਆ ਸੀ ਬਚਪਨ ਦੀ ਇੱਕ ਹੋਰ ਵੀ ਇਹਨਾਂ ਦੀ ਘਟਨਾ ਇਹਨਾਂ ਦੇ ਦਾਦਾ ਜੀ ਪੋਖਰ ਦਾਸ ਜੀ ਬੜੇ ਤਿਆਗੀ ਸਨ ਬੜੀ ਸੇਵਾ ਕਰਦੇ ਸਨ ਪਰ ਉਪਕਾਰ ਦਾ ਉਹ ਮਾਹ ਉਹਨਾਂ ਵਿੱਚ ਡੁੱਲ ਡੁੱਲ ਪੈਂਦਾ ਸੀ ਕਹਿੰਦੇ ਇੱਕ ਵਾਰੀ ਉਸ ਇਲਾਕੇ ਦੇ ਵਿੱਚ ਫਸਲਾਂ ਦੀ ਤਬਾਈ ਹੋਈ ਤੇ ਆਪ ਲੋੜਵੰਦਾਂ ਨੂੰ ਰਸਦ ਕਪੜੇ ਵੰਡ ਰਹੇ ਸਨ ਤੇ ਬਲਕ ਹੀਰਾ ਲਾਲ ਨੇ ਜਦੋਂ ਦੇਖਿਆ ਕਿ ਇੱਕ ਬੱਚਾ ਵਾਰ-ਵਾਰ ਲਾਈਨ ਚ ਆਉਂਦਾ ਫਿਰ ਫਿਰ ਆ ਕੇ ਹੋਰ ਹੋਰ ਵਾਰ-ਵਾਰ ਉਹ ਜਿਹੜਾ ਸਮਾਨ ਦਾਦਾ ਜੀ ਕੋਲ ਲਈ ਜਾਂਦਾ ਤੇ ਉਹਨਾਂ ਨੇ ਇੱਕ ਦਾਦਾ ਜੀ ਨੂੰ ਦੱਸਤਾ ਵੀ ਇਹ ਬੱਚਾ ਵਾਰ-ਵਾਰ ਆ ਰਿਹਾ ਹੈ ਤੇ ਦਾਦਾ ਜੀ ਨੇ ਕਿਹਾ ਵੀ ਜਦ ਤੱਕ ਉਸ ਦੀ ਭੁੱਖ ਦੀ ਪੂਰਤੀ ਨਹੀਂ ਹੁੰਦੀ ਲੋੜਾਂ ਦੀ ਪੂਰਤੀ ਨਹੀਂ ਹੁੰਦੀ ਤੇ ਉਹਦੀ ਮਦਦ ਕਰਨਾ ਮੇਰਾ ਫਰਜ਼ ਹੈ ਇਸ ਘਟਨਾ ਦਾ ਵੀ ਹੀਰਾ ਲਾਲ ਤੇ ਬੜਾ ਅਸਰ ਪਿਆ ਤੇ ਜੀਵਨ ਭਰ ਉਹ ਲੋੜਵੰਦਾ ਦੀ ਮਦਦ ਲਈ ਤਤ ਪਰ ਰਹੇ ਇੱਕ ਤੀਸਰੀ ਘਟਨਾ ਇਹਨਾਂ ਦੀ ਬਚਪਨ ਦੀ ਸੁਣਾ ਕੇ ਮੈਂ ਅੱਗੇ ਚੱਲਾਂਗਾ ਕਹਿੰਦੇ ਨੇ ਸਕੂਲ ਦੇ ਵਿੱਚ ਇੱਕ ਵਾਰੀ ਕਿਸੇ ਬੱਚੇ ਨੇ ਕੋਈ ਚੀਜ਼ ਚੋਰੀ ਕਰ ਲਈ ਕਿਤਾਬ ਚੋਰੀ ਕਰ ਲਈ ਤੇ ਸਾਰੇ ਲੱਭਣ ਤੇ ਇੰਦਰਜੀਤ ਸਿੰਘ ਜਾਂ ਹੀਰਾ ਲਾਲ ਫਲਾਣਾ ਨਾਮ ਸੀ ਇਹਦਾ ਉਹਨਾਂ ਨੇ ਕਿਹਾ ਵੀ ਮੈਂ ਉਹਨੂੰ ਲੱਭ ਦਿਆਂਗਾ ਆਪਣੇ ਜਿੰਨ ਲੈਣ ਲਈ ਪਰ ਪ੍ਰਿੰਸੀਪਲ ਤੋਂ ਉਹਨਾਂ ਨੇ ਵਚਨ ਲੈ ਲਿਆ ਕਿ ਤੁਸੀਂ ਉਹਨੂੰ ਸਜ਼ਾ ਨਹੀਂ ਦਿਓਗੇ ਬੱਚਾ ਮੈਂ ਤੁਹਾਨੂੰ ਲੱਭ ਦਿਆਂਗਾ ਉਹਨਾਂ ਨੇ ਦੱਸ ਦਿੱਤਾ ਵੀ ਇਸ ਬੱਚੇ ਨੇ ਚੋਰੀ ਕੀਤੀ ਹੈ ਪਰ ਕਿਉਂਕਿ ਉਹਨ ਪ੍ਰਿੰਸੀਪਲ ਨੇ ਵਚਨ ਕੀਤਾ ਸੀ ਸਜ਼ਾ ਨਹੀਂ ਦਿਓਗੇ ਤੇ ਉਹਨਾਂ ਨੇ ਦੇਖਿਆ ਵੀ ਉਹਨੇ ਚੋਰੀ ਕਿਉਂ ਕੀਤੀ ਕਿਉਂਕਿ ਉਹਦੇ ਘਰ ਦੇ ਵਿੱਚ ਫੀਸ ਦੇਣ ਲਈ ਕੁਝ ਹੈ ਹੀ ਨਹੀਂ ਸੀ ਤੇ ਉਹਨਾਂ ਨੇ ਪ੍ਰਿੰਸੀਪਲ ਨੂੰ ਤੇ ਬੱਚਿਆਂ ਨੂੰ ਇਸ ਗੱਲ 'ਤੇ ਰਾਜ਼ੀ ਕਰਤਾ ਕਿ ਅਸੀਂ ਇਸ ਬੱਚੇ ਨੂੰ ਵਜੀਫਾ ਲਾ ਦਈਏ ਤਾਂ ਕਿ ਫਿਰ ਚੋਰੀ ਨਾ ਕਰੇ ਕਹਿੰਦੇ ਜੀ ਇਸ ਗੱਲ ਦਾ ਐਸਾ ਅਸਰ ਹੋਇਆ ਪ੍ਰਿੰਸੀਪਲ ਰਾਜ਼ੀ ਹੋ ਗਿਆ ਤੇ ਉਹ ਚੋਰੀ ਕਰਨ ਵਾਲਾ ਬੱਚਾ ਬਾਅਦ ਵਿੱਚ ਸਕੂਲ ਦਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਹੋ ਨਿਪੜਿਆ ਸੋ ਇਹ ਬਚਪਨ ਦੀ ਤਿੰਨ ਕਟਨਾਵਾਂ ਜਿਹੜੀਆਂ ਹਨ ਇਹ ਐਸੀਆਂ ਡਾਕਟਰ ਇੰਦਰਜੀਤ ਸਿੰਘ ਜੀ ਦੇ ਜੀਵਨ ਦੇ ਨਾਲ ਜੁੜੀਆਂ ਰਹੀਆਂ ਅੰਮ੍ਰਿਤ ਵੇਲੇ ਉੱਠਣਾ ਲੋੜਵੰਦਾਂ ਦੀ ਮਦਦ ਕਰਨੀ ਤੇ ਜਿਹੜੇ ਕੰਪਲੈਕਸ ਪ੍ਰੋਬਲਮਸ ਆਂਦੀਆਂ ਸੀ ਉਹਨੂੰ ਕਿਵੇਂ ਪ੍ਰੇਰਣਾ ਨਾਲ ਪਿਆਰ ਨਾਲ ਜਿਹੜਾ ਹੈ ਉਹ ਸੁਲਝਾਉਂਦੇ ਹੁੰਦੇ ਸਨ ਅਰਸਤਵਾਦ 1935 ਵਿੱਚ ਆਪ ਜੀ ਜਦੋਂ ਲਾਹੌਰ ਤੋਂ ਹੇਲੀ ਕਾਲਜ ਆਫ ਕਾਮਰਸ ਤੋਂ ਬੀਕਮ ਕਰਨ ਤੋਂ ਬਾਅਦ 1935 ਵਿੱਚ ਆਪ ਫਿਰ ਹੀਰਾ ਲਾਲ ਤੋਂ 인ਦਰਜੀਤ ਸਿੰਘ ਬਣ ਗਏ। ਹਰ ਇਹਦੇ ਵਿੱਚ ਮਾਤਾ ਜੀ ਦੀ ਬੜੀ ਵੱਡੀ ਪ੍ਰੇਰਣਾ ਸੀ। ਅੱਛਾ ਇਹਨਾਂ ਦੇ ਮਾਤਾ ਜੀ ਸੰਤਾਂ ਨਾਲ ਬੜਾ ਪਿਆਰ ਕਰਦੇ ਸੀ। ਪਰ ਉਹ ਸੁਚੇਤ ਸੀ ਕਿ ਸੰਤ ਕੇਵਲ ਉਹੀ ਉਹਨਾਂ ਕੋਲ ਹੀ ਜਾਂਦੇ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਸਨ। ਤੇ ਡਾਕਟਰ ਇੰਦਰਜੀਤ ਸਿੰਘ ਦਾ ਵੀ ਇਹੀ ਰਿਹਾ ਉਹ ਉਹੀ ਸੰਤਾਂ ਦੇ ਨਾਲ ਸੰਗਤ ਕਰਦੇ ਰਹੇ ਜਿਹੜੀ ਵਕਰੀਆਂ ਗੱਦੀਆਂ ਨਹੀਂ ਲਾਂਦੇ ਤੇ ਗੁਰੂ ਸ਼ਬਦ ਨਾਲ ਤੋੜਦੇ ਨਹੀਂ ਸਨ ਸਗੋਂ ਸੰਗਤਾਂ ਨੂੰ ਜੋੜਦੇ ਸਨ। ਔਰ ਕਹਿੰਦੇ ਨੇ ਬਚਪਨ ਚ ਮਾਤਾ ਜੀ ਇਹਨਾਂ ਨੂੰ ਜਦੋਂ ਅੰਮ੍ਰਿਤ ਛਕਾਣ ਲਈ ਇੱਕ ਵਾਰੀ ਸੰਤ ਸ਼ਹਾਬਾਦ ਸਿੰਘ ਜੀ ਕੋਲ ਲੈ ਗਏ ਤਾਂ ਉਹਨਾਂ ਨੇ ਮਨਾਂ ਕਰਤਾ ਵੀ ਨਹੀਂ ਮੈਂ ਨਹੀਂ ਹੱਲੀ ਛਕਾਣਾ। ਪੁੱਛਿਆ ਕਿਉਂ? ਕਹਿੰਦੇ ਨੇ ਜਦੋਂ ਇਹ ਅੰਮ੍ਰਿਤ ਛਕਣ ਲਈ ਤਰਲੇ ਲਾਏਗਾ ਕਹੇਗਾ ਮੇਰੇ ਕੋਲ ਰਿਆ ਨਹੀਂ ਜਾਂਦਾ ਮੈਂ ਛਕਣਾ ਹੀ ਛਕਣਾ ਉਦੋਂ ਇਹਨੂੰ ਅੰਮ੍ਰਿਤ ਛਕਾਉ ਆਂ ਜੀ ਸੋ ਜਿਹੜਾ ਅੰਮ੍ਰਿਤ ਅਵਿਲਾਖੀ ਦਾ ਅਸਲ ਸੰਕਲਪ ਹੈ ਉਹ ਇਸ ਵੇਲੇ ਹੋਇਆ ਔਰ ਡਾਕਟਰ 인ਦਰਜੀਤ ਸਿੰਘ ਨਿਤਨੇਮ ਸਿਮਰਨ ਤੇ ਸਦਾ ਇਹਨਾਂ ਨੇ ਪੈਰਾ ਦਿੱਤਾ ਜੀ ਇਹ ਥੋੜੀ ਜੀ ਉਹਨਾਂ ਦੀ ਜੀਵਨ ਯਾਤਰਾ ਹੈ ਜੀ 1932 ਤੋਂ 44 ਤੱਕ ਸੈਂਟਰਲ ਬੈਂਕ ਆਫ ਇੰਡੀਆ ਫਿਰ 60 ਤੱਕ ਯੂਕੋ ਬੈਂਕ ਵਿੱਚ ਤੇ 60 ਤੋਂ 68 ਤੱਕ ਜਨਰਲ ਮੈਨੇਜਰ ਰਹੇ ਪੰਜਾਬ ਐਂਡ ਸਿੰਧ ਬੈਂਕ ਦੇ ਤੇ 68 ਤੋਂ ਬਾਅਦ ਫਿਰ ਇਹ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਬਣੇ ਔਰ ਇੱਥੇ ਹੀ ਸਮਾਪਤੀ ਨਹੀਂ ਇਸ ਤੋਂ ਬਾਅਦ ਇਹਨਾਂ ਨੇ ਪੀਐਸਬੀ ਫਾਈਨਾਂਸ ਕੰਪਨੀ ਬਣਾਈ ਔਰ 1995 ਵਿੱਚ ਬੈਂਕ ਆਫ ਪੰਜਾਬ ਬਣਾਇਆ ਯਾਨੀ ਜਦੋਂ ਬੈਂਕ ਆਫ ਪੰਜਾਬ ਬਣਾਇਆ ਇਹਨਾਂ ਦੀ ਉਮਰ 84 ਸਾਲ ਦੀ ਸੀ। ਕੀ ਬਾਤ ਹੈ ਜੀ 84 ਸਾਲ ਦੀ ਉਮਰ ਦੇ ਵਿੱਚ ਕੋਈ ਨਵਾਂ ਬੈਂਕ ਸ਼ੁਰੂ ਕਰੇ। ਇਹ ਕਿੰਨੀ ਕਮਾਲ ਦੀ ਔਰ ਪ੍ਰੇਰਣਾਮਈ ਗੱਲ ਹੈ। ਆਓ ਇਹਨਾਂ ਦੀ ਜੀਵਨ ਦੀਆਂ ਕੁਝ ਹੋਰ ਝਲਕਾਂ ਅਸੀਂ ਦੇਖੀਏ। 18000 ਗੁਰਸਿੱਖਾਂ ਦੀ ਰੋਜ਼ਗਾਰ ਦੀ ਗੱਲ ਮੈਂ ਕਰਤੀ ਕਿੰਨਿਆਂ ਨੂੰ ਇਹਨਾਂ ਨੇ ਕਰਜ਼ੇ ਦੇ ਕੇ ਆਤਮ ਨਿਰਭਰ ਬਣਾਇਆ। ਇੱਕ ਗੱਲ ਅਕਸਰ ਹੋਰ ਵੀ ਬੜੀ ਕਮਾਲ ਦੀ ਕਿ ਕਦੇ ਵੀ ਉਹ ਸਿਮਰਨ ਦਾ ਵਿਖਾਵਾ ਨਹੀਂ ਸੰ ਕਰਦੇ ਕਹਿੰਦੇ ਨੇ ਵੀ ਉਹਨਾਂ ਦੇ ਬੋਲਚਾਲ ਗੱਲਬਾਤ ਤੋਂ ਪਤਾ ਲੱਗਦਾ ਸੀ ਕਿ ਉਹ ਕਿੰਨਾ ਜ਼ਿਆਦਾ ਸਿਮਰਨ ਕਰਦੇ ਨੇ ਔਰ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈਂਦੇ ਅਰਦਾਸ ਕਰਦੇ ਅੱਛਾ ਇੱਥੇ ਹੀ ਸੀਮਤ ਨਹੀਂ ਕਹਿੰਦੇ ਨੇ ਵੀ ਬੈਂਕ ਵੀ ਪੰਜਾਬ ਐਂਡ ਸਿੰਧ ਬੈਂਕ ਦੀ ਹਰ ਬ੍ਰਾਂਚ ਕੀਰਤਨ ਦੇ ਨਾਲ ਆਰੰਭ ਹੁੰਦੀ ਸੀ ਅਰਦਾਸ ਸੁਖਮਨਾਮਾ ਲੈਂਤੋਂ ਬਾਅਦ ਕੀ ਜਿਹੜੀ ਐ ਉਹ ਬ੍ਰਾਂਚ ਆਰੰਭ ਹੁੰਦੀ ਡਾਕਟਰ ਸਾਹਿਬ ਦੇ ਬਹੁਤ ਸਾਰੇ ਜੀਵਨ ਦੇ ਤਜਰਬੇ ਔਰ ਅਸੀਂ ਇਹ ਕਿਤਾਬ ਦੇ ਵਿੱਚ ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ ਵਿੱਚ ਜ਼ਿਕਰ ਕੀਤੇ ਨੇ ਕਿ ਗਵਾਲੀਅਰ ਦੇ ਵਿੱਚ ਜਦੋਂ ਆਪ ਪੋਸਟਡ ਸੀ ਤੇ ਲੋਕ ਆਪ ਜੀ ਨੂੰ ਸੰਤ ਕਿਹਾ ਕਰਦੇ ਸਨ ਕਿਉਂਕਿ ਕਈ ਵਾਰੀ ਇਹ ਚੋਲਾ ਪਾ ਕੇ ਬੈਂਕ ਵਿੱਚ ਚਲੇ ਜਾਂਦੇ ਹੁੰਦੇ ਸਨ। ਔਰ ਬੈਂਕ ਦੇ ਬਹੁਤੇ ਅਧਿਕਾਰੀ ਜੋ ਇਹਨਾਂ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਦੀ ਵੀ ਕਾਦਤ ਬਣ ਗਈ ਕਿ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਬੈਂਕ ਜਾਣ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਂਦੇ। ਗਵਾਲੀਅਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਡਾਕਟਰ ਇੰਦਰਜੀਤ ਸਿੰਘ ਦਾ ਬੜਾ ਵੱਡਾ ਯੋਗਦਾਨ ਜੋ ਅੱਜ ਅਸੀਂ ਆਲੀਸ਼ਾਨ ਗੁਰਦੁਆਰਾ ਦੇਖਦੇ ਆਂ ਉਦੇ ਵਿੱਚ ਉਹਨਾਂ ਨੇ ਜਦੋਂ ਗਵਾਲੀਅਰ ਪੋਸਟਡ ਸੀ ਉਸ ਵੇਲੇ ਉਹਨਾਂ ਨੇ ਉੱਥੇ ਦੇ ਕਲੈਕਟਰ ਸਰਦਾਰ ਬਲਦੇਵ ਸਿੰਘ ਜੀ ਨਾਲ ਸੰਪਰਕ ਕਰਕੇ ਔਰ ਇਤਿਹਾਸਕ ਸੰਭਾਲ ਇਹਨਾਂ ਨੇ ਕੀਤੀ ਜਿਨ ਨੂੰ ਹੁਣ ਬਾਬਾ ਸੇਵਾ ਸਿੰਘ ਜੀ ਖਡੂਰ ਸਾਹ ਵਾਲੇ ਚਲਾ ਰਹੇ ਹਨ ਇਹਦੇ ਡਕਸਵ ਦੀ ਸ਼ਖਸੀਅਤ ਵਿੱਚ ਐਸੀ ਖਿੱਚ ਸੀ ਜਿਸ ਨਾਲ ਵੀ ਉਹ ਗੱਲ ਕਰਦੇ ਸੀ ਆਪਣਾ ਬਣਾ ਲੈਂਦੇ ਸਨ ਔਰ ਦਸਤਾਰ ਪ੍ਰਤੀ ਉਹ ਬੜੇ ਸੁਚੇਤ ਸਨ ਕਦੇ ਵੀ ਦਸਤਾਰ ਤੇ ਦਾਗ ਨਹੀਂ ਕਹਿੰਦੇ ਸੀ ਹਮੇਸ਼ਾ ਸਾਫ ਸੁਥਰੀ ਸੋਹਣੀ ਦਸਤਾਰ ਸਜਾਉਂਦੇ ਸਨ ਤੇ ਕਹਿੰਦੇ ਹੁੰਦੇ ਸਨ ਕਿ ਸਿੱਖ ਦੀ ਪਗੜੀ ਤੇ ਕਦੇ ਵੀ ਦਾਗ ਨਹੀਂ ਹੋਣਾ ਚਾਹੀਦਾ। ਅਰ ਇਸ ਤੋਂ ਬਿਨਾ ਉਹਨਾਂ ਦਾ ਜੀਵਨ ਅੰਮ੍ਰਿਤ ਵੇਲਾ ਨਿਤਨੇਮ ਧਰਮ ਨਿਭਾਇਆ ਗ੍ਰਸਤੀ ਵਿਪੁਗਾਇਆ। ਅੱਛਾ ਫਿਰ ਆਪ ਦੀ ਸੋਚ ਸੀ ਸਾਰਿਆਂ ਨੂੰ ਕਹਿੰਦੀ ਸੀ ਵੀ ਕੰਮ ਕਰੋ ਕੰਮ ਕਰੋ ਮਿਹਨਤ ਕਰੋ ਮੈਰਿਜ ਤੋਂ ਪਹਿਲਾਂ ਇਹਨਾਂ ਨੇ ਆਪਣੀ ਪਤਨੀ ਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਬੈਂਕ ਦੇ ਵਿੱਚ ਕੰਮ ਕਰਦਾ ਤੇ ਮੇਰਾ ਬੈਂਕ ਦਾ ਕੰਮ ਬੜਾ ਜ਼ਰੂਰੀ ਹੁੰਦਾ ਹੈ ਤੇ ਕਿਸੇ ਵੀ ਮਤਲਬ ਸਮਾਨ ਨਾ ਦੇ ਸਕਾਂ ਸੋ ਕਰੋ ਵੀ ਪਰਿਵਾਰ ਤੋਂ ਵੀ ਇਹਨਾਂ ਨੂੰ ਪੂਰਾ ਜਿਹੜਾ ਹੈ ਇਸ ਗੱਲ ਦਾ ਸਰਬੰਧੀ ਦੀ ਗੱਲ ਬੜੇ ਧੀਰਜ ਨਾਲ ਸੁਣਦੇ ਸਨ ਉਸ ਦੀਆਂ ਤਕਲੀਫਾਂ ਦੂਰ ਕਰਨ ਦੀਆਂ ਕੋਸ਼ਿਸ਼ ਕਰਦੇ ਸਨ ਕਦੇ ਵੀ ਕਿਸੇ ਦਾ ਕੀਤਾ ਉਹਨਾਂ ਨੇ ਭੁਲਾਇਆ ਨਹੀਂ ਕਹਿੰਦੇ ਇੰਗਲੈਂਡ ਵਿੱਚ ਗਏ ਇੱਕ ਵਾਰੀ ਇੱਕ ਵੀਪੀ ਨੇ ਥੋੜੀ ਜੀ ਨਾਲ ਮਦਦ ਕੀਤੀ ਜਦੋਂ ਉਹ ਇੰਡੀਆ ਆਈ ਇਹਨਾਂ ਨੇ ਉਹਦੀ ਬਹੁਤ ਜ਼ਿਆਦਾ ਮਦਦ ਕੀਤੀ ਆਪਣੀ ਕਾਰ ਦੇ ਦਿੱਤੀ ਤੇ ਕਿਹਾ ਵੀ ਜਿੱਥੇ ਜਿੰਨੇ ਦਿਨ ਵੀ ਤੁਸੀਂ ਇੱਥੇ ਰਹਿਣਾ ਹੈ ਇਹ ਗੱਡੀ ਤੇ ਡਰਾਈਵਰ ਤੁਹਾਡੇ ਕੋਲ ਹੀ ਰਹੇਗਾ ਬੜਾ ਪਿਆਰ ਕਰਦੇ ਸਨ ਪੰਥ ਦਾ ਉਹਨਾਂ ਦੇ ਮਨ ਵਿੱਚ ਪਿਆਰ ਸੀ ਉਹਨਾਂ ਦੀ ਛੋਹ ਨਾਲ ਹੀ ਜਿਹੜੇ ਪਤਿਤ ਸਨ ਉਹ ਵਾਪਸ ਮੁੜ ਆਣਗੇ ਇਹ ਬੜੀ ਕਮਾਲ ਦੀ ਗੱਲ ਕਦੇ ਗੁੱਸੇ ਵਿੱਚ ਨਹੀਂ ਬੜੇ ਸਹਜ ਵਿੱਚ ਸਹਿਰਨਾ ਕਰਦੇ ਸਨ ਕਿ ਤੂੰ ਵਾਪਸ ਆ ਔਰ ਕਿੰਨੇ ਹੀ ਨੌਜਵਾਨਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਪਿਆਰ ਨਾਲ ਕਿਹਾ ਕਹਿੰਦੇ ਇਹ ਕਿ ਜਗਾ ਇੱਕ ਵਾਰੀ ਪਟਿਆਲੇ ਵਿੱਚ ਇੱਕ ਪਤਿਤ ਨੌਜਵਾਨ ਨੂੰ ਰੋਕ ਕੇ ਕਹਿੰਦੇ ਨੇ ਵੀ ਦੇਖ ਇਹ ਸੋਹਣਾ ਲੱਗ ਰਿਹਾ ਹੈ ਕਿ ਤੂੰ ਸੋਹਣਾ ਲੱਗ ਰਿਹਾ ਹੈ ਸਾਬਤ ਸੂਰਤ ਨੌਜਵਾਨ ਨਾਲ ਮਿਲਾ ਕੇ ਔਰ ਐਸੀ ਮਿੱਠੇ ਬੋਲਾਂ ਵਿੱਚ ਪ੍ਰੇਰਣਾ ਕੀਤੀ ਕਿ ਨੌਜਵਾਨ ਦਾ ਮਨ ਪਰ ਆਇਆ ਉਹਨੇ ਵਾਰ-ਵਾਰ ਮਾਫੀ ਮੰਗੀ ਤੇ ਸਾਬਤ ਸੂਰਤ ਹੋ ਕੇ ਫਿਰ ਉਹ ਡਾਕਟਰ ਸਾਹਿਬ ਦੇ ਬੈਂਕ ਦੇ ਵਿੱਚ ਹੀ ਉਹਨੇ ਜੁਆਇਨ ਕਰ ਲਿਆ ਐਫਓ ਜੀਆਂ ਬਹੁਤ ਜ਼ਿਆਦਾ ਸ਼ਖਸੀਅਤਾਂ ਬਹੁਤ ਸਾਰੀਆਂ ਕਟਨਾਵਾਂ ਉਹਨਾਂ ਦੇ ਜੀਵਨ ਵਿੱਚ ਐਸੀਆਂ ਹਨ ਹਰੇਕ ਸਟਾਫ ਮੈਂਬਰ ਨੂੰ ਮਿਹਨਤ ਕਰਨ ਵਾਰੇ ਜ਼ਰੂਰ ਕਹਿੰਦੇ ਸ। ਅੱਛਾ ਜੇ ਕਿਸੇ ਨੇ ਕੋਈ ਗਲਤੀ ਕਰ ਲਈ ਤੇ ਕਹਿੰਦੇ ਵੀ ਗੁੱਸਾ ਤਾਂ ਕੀ ਕਰਨਾ ਉਹ ਐਦਾਂ ਕਹਿੰਦੇ ਹੁੰਦੇ ਸੀ। ਸੁਣਿਆ ਤੈਨੂੰ ਕਿੰਨੀ ਵਾਰੀ ਕਿਹਾ ਫਾਈਲ ਇੰਓ ਨਹੀਂ ਇੰਓ ਬਣਾਈ ਦੀ ਐ। ਛੇਤੀ ਦੁਬਾਰਾ ਬਣਾ। ਮਤਲਬ ਬਹੁਤ ਜ਼ਿਆਦਾ ਗੁਰਮਤ ਦਾ ਜਿਹੜਾ ਉਹਨਾਂ ਦੇ ਜੀਵਨ ਤੇ ਪ੍ਰਭਾਵ ਸੀ ਔਰ ਉਹਦੇ ਨਾਲ ਹੀ ਉਹਨਾਂ ਨੇ ਮੈਨੇਜਮੈਂਟ ਜਿਹੜੀ ਬੈਂਕ ਦੀ ਕੀਤੀ ਉਹ ਇਸ ਤਰ੍ਹਾਂ ਹੀ ਕੀਤੀ ਆਪ ਦੀ ਸੋਚ ਸੀ ਕਿ ਬਸ ਕੰਮ ਕਰਦੇ ਜਾਓ ਕਰਦੇ ਜਾਓ ਕਿਸੇ ਤੋਂ ਕੁਝ ਆਸ ਨਾ ਰੱਖੋ ਵਾਪਸੀ ਮਾਨ ਸਨਮਾਨ ਦੀ ਕੋਈ ਇੱਛਾ ਨਾ ਰੱਖੋ ਔਰ ਹਰ ਵੇਲੇ ਉਹਨਾਂ ਦੇ ਮਨ 'ਚ ਹੁੰਦਾ ਸੀ ਕਿ ਮੈਂ ਆਪਣੀ ਪੰਥ ਲਈ ਕੁਝ ਵਧੀਆ ਕਰ ਜਾਵਾਂ ਨਿਕਟ ਵਰਤੀ ਉਹਨਾਂ ਦੇ ਬਹੁਤ ਸਾਰੇ ਸਜਨਾ ਨੇ ਦੱਸਿਆ ਕਿ ਆਪਣੇ ਵਰਕਰਾਂ ਨੂੰ ਬਹੁਤ ਮੋਟੀਵੇਟ ਕਰਦੇ ਸਨ ਕੋਈ ਵੀ ਉਹਨਾਂ ਸਾਹਮਣੇ ਨਾ ਨਹੀਂ ਸੀ ਕਰ ਕਰ ਸਕਦਾ ਇਹ ਕਹਿੰਦੇ ਸੀ ਬੇਟਾ ਇਹ ਫਾਈਲ ਲੈ ਜਾਓ ਕੋਸ਼ਿਸ਼ ਕਰੋ ਅੱਜ ਸ਼ਾਮ ਤੱਕ ਹੋ ਜਾਏ ਅੱਛਾ ਉਹਨਾਂ ਬਾਰੇ ਇੱਕ ਹੋਰ ਗੱਲ ਬੜੀ ਮਸ਼ਹੂਰ ਸੀ ਕਿ ਹਰਮੰਦਰ ਸਾਹਿਬ ਜਦੋਂ ਵੀ ਦਰਸ਼ਨਾਂ ਲਈ ਜਾਂਦੇ ਸੀ ਤੇ ਪਰ ਕਰਮਾ ਜੇ ਕਿਸ ਨੇ ਖਹਿਰਤਾ ਮੇਰੀ ট্রান্সਫਰ ਹੈ ਮੇਰਾ ਇਹ ਬਦਲੀ ਕਰਾ ਦਿਓ ਕੁਝ ਹੋਰ ਕਹਿ ਦਿਓ ਤੇ ਉਹਨਾਂ ਨੂੰ ਐਸਾ ਭਰੋਸਾ ਸੀ ਕਿ ਰਮੰਦਰ ਸਾਹਿਬ ਕਹਿੰਦੇ ਜੀ ਫਰ ਕਰਮਾ ਚ ਉਹਨਾਂ ਨੂੰ ਜਿਹੜੀ ਬੇਨਤੀ ਕੋਈ ਜਣਾ ਕਰ ਦਵੇ ਨਾ ਉਹਦੀ ਜ਼ਰੂਰ ਮੰਨ ਲੈਂਦੇ ਹੁੰਦੇ ਸਨ ਐਸਾ ਭਰੋਸਾ ਉਹਨਾਂ ਦਾ ਅੱਛਾ ਇਸ ਤੋਂ ਬਿਨਾ ਇੱਕ ਬੜੀ ਵੱਡੀ ਗੱਲ ਜਿਹੜੀ ਸਾਨੂੰ ਅੱਜ ਵੀ ਹੁਣ ਧਿਆਨ ਦੇਣ ਦੀ ਲੋੜ ਹੈ ਗੁਰੂ ਘਰ ਦੇ ਸੇਵਾਦਾਰਾਂ ਰਾਗੀ ਸਿੰਘਾਂ ਪਾਠੀਆਂ ਲਾਂਗਰੀਆਂ ਦੇ ਬੱਚਿਆਂ ਨੂੰ ਉਹਨਾਂ ਨੇ ਬੈਂਕ ਵਿੱਚ ਨੌਕਰੀਆਂ ਦਿੱਤੀਆਂ। ਔਰ ਐਸੀਆਂ ਨੌਕਰੀਆਂ ਦਿੱਤੀਆਂ ਕਿ ਉਹ ਪੀਐਨ ਤੋਂ ਲੈ ਕੇ ਜਨਰਲ ਮੈਨੇਜਰ ਤੱਕ ਪਹੁੰਚੇ। ਬਹੁਤ ਵੱਡੇ ਅਹੁਦਿਆਂ ਤੱਕ ਪਹੁੰਚ ਕੇ ਕਿਸੇ ਇੱਕ ਦਿਨ ਦੱਸਿਆ ਜੀ ਮੇਰੇ ਪਿਤਾ ਜੀ ਦੁਖਨਵਾਰਨ ਸਾਹਿਬ ਲਾਂਗਰੀ ਸਨ। ਕਿਸੇ ਨੇ ਦੱਸਿਆ ਮੇਰੇ ਫਲਾਣੀ ਗੁਰਦੁਆਰੇ ਦੇ ਸੇਵਾਦਾਰ ਸਨ। ਡਾਕਟਰ ਸਾਹਿਬ ਦਾ ਧਿਆਨ ਹੁੰਦਾ ਸੀ ਕਿ ਅਸੀਂ ਆਪਣੇ ਇਹ ਜਿਹੜਾ ਸਾਡੇ ਸੇਵਾਦਾਰ ਨੇ ਗ੍ਰੰਥੀ ਸਿੰਘ ਨੇ ਇਹਨਾਂ ਦੇ ਨਾਲ ਅਸੀਂ ਜ਼ਰੂਰ ਜਿਆਦਾ ਅਸੀਂ ਧਿਆਨ ਕਰੀਏ ਪਰ ਉਹਨਾਂ ਦੀ ਦੂਰ ਦ੍ਰਿਸ਼ਟੀ ਬੜੀ ਕਮਾਲ ਦੀ ਸੀ ਬਹੁਤ ਜ਼ਿਆਦਾ ਦੂਰ ਦ੍ਰਿਸ਼ਟੀ ਬੜੇ ਇੱਕਦਮ ਬੈਂਕ ਦੇ ਵਿੱਚ ਉਹਨਾਂ ਨੇ ਭਰਤੀਆਂ ਕਰਨੀਆਂ ਸ਼ੁਰੂ ਕਰਤੀਆਂ ਸਾਥੀ ਕਹਿੰਦੇ ਸੀ ਵੀ ਹਾਲੀ ਇਹਨਾਂ ਕੰਮ ਨਹੀਂ ਹੈਗਾ ਤੇ ਭਰਤੀ ਨਾ ਕਰੀਏ ਇਹ ਕਹਿੰਦੇ ਨਹੀਂ ਬੈਂਕ ਨੇ ਬਹੁਤ ਵੱਡਾ ਬੰਨਾ ਹੈ ਤੇ ਉਸ ਵੇਲੇ ਤੁਹਾਨੂੰ ਬੰਦੇ ਨਹੀਂ ਮਿਲਣਗੇ ਇੰਨੇ ਇੱਕ ਵਾਰੀ ਵਾਈ ਜਾਜ ਸਫਰ ਕਰਦੇ ਆ ਨਾਲ ਦੀ ਸੀਟ ਤੇ ਬੈਠੇ ਇੱਕ ਇੰਜੀਨੀਅਰ ਨਾਲ ਗੱਲਬਾਤ ਕੀਤੀ ਉਹਨੂੰ ਪ੍ਰੇਰਣਾ ਕੀਤੀ ਤੂੰ ਬੈਂਕੇ ਚ ਜਾ ਉਹ ਇੰਜੀਨੀਅਰ ਵੀ ਬੈਂਕੋ ਨੇ ਜੁਆਇਨ ਕਰ ਲਿਆ ਆਪਣੀ ਛੱਡ ਕੇ ਉਹ ਬੜੀ ਖੁੱਲੀ ਔਰ ਵਧੀਆ ਤਨਖਾਹ ਗੁਰਸਿੱਖਾਂ ਨੂੰ ਇਹ ਆਫਰ ਕਰਦੇ ਸਨ ਤੇ ਉਹਨਾਂ ਦਾ ਮਨ ਹੁੰਦਾ ਸੀ ਕਿ ਇਹ ਵੱਧ ਤੋਂ ਵੱਧ ਜਿਹੜਾ ਹੈ ਅਰਨ ਕਰਨ ਤੇ ਉਸ ਡੈਡੀਕੇਸ਼ਨ ਨਾਲ ਬੈਂਕ ਦੇ ਵਿੱਚ ਸੇਵਾ ਕਰੇ ਕਹਿੰਦੇ ਨੇ ਇੱਕ ਸੱਜਣ ਨੂੰ ਇਹਨਾਂ ਨੇ ਪ੍ਰੇਰਣਾ ਕੀਤੀ ਉਹ ਤਿਆਰ ਨਹੀਂ ਸੀ ਹੋ ਰਿਹਾ ਬੈਂਕ ਜੁਆਇਨ ਕਰਨ ਲਈ ਇਹਨਾਂ ਨੇ ਚਿੱਠੀ ਟਾਈਪ ਕਰਕੇ ਤਨਖਾਹ ਦਾ ਖਾਨਾ ਖਾਲੀ ਰੱਖਤਾ ਤੇ ਕਹਿੰਦੇ ਤਨਖਾਹ ਆਪੇ ਭਰ ਲਓ ਤੇ ਆਜੋ ਅਧਿਕਾਰੀਆਂ ਨੇ ਇਹਨਾਂ ਨੂੰ ਕਿਹਾ ਵੀ ਇਹ ਤੇ ਪਛ ਵੀ ਭਰ ਦੇਗਾ ਪਰ ਉਹ ਕਹਿੰਦੇ ਵੀ ਨਹੀਂ ਜੇ ਮੈਂ ਭਰਾਂਗਾ ਉਹਨੂੰ ਲੈਣ ਵਾਸਤੇ ਮੈਂ ਆਪਣੇ ਹਿਸਾਬ ਨਾਲ ਭਰਾਂਗਾ ਉਹ ਭਰੇਗਾ ਤੇ ਉਹ ਆਪਣੀ ਸੋਚ ਨਾਲ ਸੋਚ ਕੇ ਭਰੇਗਾ ਕਿ ਜੇ ਮੇਰੇ ਤੇ ਇੰਨਾ ਭਰੋਸਾ ਕੀਤਾ ਮੈਂ ਠੀਕ ਹੀ ਭਰਾਂਗਾ ਔਰ ਸੱਚਮੁੱਚ ਜਿੰਨਾ ਇਹਨਾਂ ਨੇ ਸੋਚਿਆ ਸੀ ਦੇਣ ਦਾ ਉਹਨੇ ਘੱਟ ਹੀ ਮੰਗਿਆ ਤੇ ਇਸ ਗੱਲ ਦਾ ਬਹੁਤ ਉਹਨਾਂ ਦਾ ਸੀ ਕਿ ਟੈਲੈਂਟ ਨੂੰ ਨਹੀਂ ਛੱਡਣਾ ਟੈਲੈਂਟ ਲਿਆਣਾ ਤੇ ਹਰੇਕ ਨੂੰ ਇਹ ਕਹਿੰਦੇ ਹੁੰਦੇ ਸੀ ਇਹ ਬੈਂਕ ਮੇਰਾ ਨਹੀਂ ਸਭ ਦਾ ਸਾਂਝਾ ਹੈ ਸਿੱਖਾਂ ਦਾ ਇੱਕੋ ਇੱਕ ਬੈਂਕਿੰਗ ਅਦਾਰਾ ਹੈ ਤੇ ਅਸੀਂ ਸਾਰੇ ਰਲ ਕੇ ਇਹਨੂੰ ਮਜ਼ਬੂਤ ਕਰੀਏ ਔਰ ਸੱਚਮੁੱਚ ਉਸ ਵੇਲੇ ਇੱਕ ਐਸੀ ਲਹਿਰ ਬਣੀ ਸੀ ਕਿ ਹਰ ਸਿੱਖ ਹਰ ਗੁਰਦੁਆਰਾ ਸਾਹਿਬ ਇਸੇ ਹੀ ਬੈਂਕ ਦੇ ਵਿੱਚ ਅਕਾਊਂਟ ਖੋਲਦੇ ਹੁੰਦੇ ਸਨ ਤੇ ਇਸ ਤਰੀਕੇ ਦੇ ਨਾਲ ਆਰਥਿਕ ਤੌਰ ਤੇ ਸਾਡੇ ਪੰਥ ਦੀ ਜਿਹੜੀ ਸੇਵਾ ਹੋਈ ਉਹਨੂੰ ਥੋੜੇ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਔਖਾ ਹੈ ਬਹੁਤ ਵੱਡੀ ਇਹਨਾਂ ਦੀ ਸੇਵਾ ਸੀ ਅਰ ਕਹਿੰਦੇ ਸੀ ਭਾਈ ਵੀਰ ਸਿੰਘ ਜੀ ਦੀ ਬੰਦਗੀ ਵਾਲੀ ਸ਼ਖਸੀਅਤ ਨੇ ਇਹ ਬੈਂਕ ਕਰੰਬਿਆ ਤੇ ਇਹ ਬੈਂਕ ਕਿਸੇ ਵੀ ਪੱਖੋਂ ਇਹ ਬਾਕੀ ਬੈਂਕਾਂ ਤੋਂ ਪਿੱਛੇ ਨਾ ਰਹੇ ਔਰ ਡਾਕਟਰ ਸਾਹਿਬ ਦੀ ਇੱਕ ایسی ਪ੍ਰੇਰਣਾ ਹੁੰਦੀ ਸੀ ਸਾਰਿਆਂ ਨੂੰ ਐਕਸੀਲੈਂਸ ਲਈ ਉਹ ਕਹਿੰਦੇ ਸੀ ਔਰ ਇੱਕ ਸਮਾਜ ਸੀ ਕਹਿੰਦੇ ਨੇ ਵੀ ਹਿੰਦੁਸਤਾਨ ਦੇ ਸਾਰੇ ਬੈਂਕਾਂ ਵਿੱਚੋਂ ਸਭ ਤੋਂ ਵੱਧ ਮਾਨ ਸਨਮਾਨ ਸਭ ਤੋਂ ਵੱਧ ਸਤਕਾਰ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਦਾ ਹੁੰਦਾ ਸੀ ਕਿਉਂਕਿ ਇਹ ਬੈਂਕ ਇੰਨਾ ਜ਼ਿਆਦਾ ਐਕਟਿਵ ਹੁੰਦਾ ਸੀ ਇੰਨਾ ਵਧੀਆ ਹੁੰਦਾ ਸੀ ਅੱਛਾ ਇਹਦੇ 'ਚ ਡਾਕਟਰ ਸਾਹਿਬ ਦੇ ਬਹੁਤ ਸਾਰੀਆਂ ਕੰਟਰੀਬਿਊਸ਼ਨਸ ਨੇ ਉਹਨਾਂ ਦੀ ਬੜੇ ਗੁਣ ਨੇ ਜਿਹਦੇ ਕਰਕੇ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1970 ਦੇ ਵਿੱਚ ਡੀਲਿਟ ਦੀ ਡਿਗਰੀ ਵੀ ਦਿੱਤੀ। ਔਰ ਐਸਾ ਮਤਲਬ ਕਮਾਲ ਹੋਇਆ ਕਿ ਕੌਮ ਨੇ ਸਮਾਜ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਉਸ ਵੇਲੇ ਬਹੁਤ ਜ਼ਿਆਦਾ ਸਮਝਿਆ ਕਿ ਹਾਂ ਇਹਨੂੰ ਸਾਨੂੰ ਕੰਮ ਕਰਨ ਦੀ ਲੋੜ ਹੈ। ਔਰ ਜਿਹੜੀ ਇਹਨਾਂ ਦੀ ਜੀਵਨ ਝਲਕਾਂ ਵਿੱਚ ਤੁਰੰਤ ਫੈਸਲੇ ਲੈਣੇ ਜੇ ਲੱਗਿਆ ਫੈਸਲਾ ਠੀਕ ਹੈ ਦੇਰੀ ਨਹੀਂ ਸੀ ਕਰਦੇ ਫੁਰਨੇ ਵਿੱਚ ਹੀ ਫੈਸਲਾ ਲੈ ਲਿਆ ਉਹਨੂੰ ਲਾਗੂ ਕਰਦੇ। ਔਰ ਜੋ ਕੰਮ ਠੀਕ ਹੈ ਕਹਿੰਦੇ ਸੀ ਉਹਨੂੰ ਕਰਨ ਵਿੱਚ ਦੇਰੀ ਕਿਉਂ? ਸ਼ੁਭ ਕਰਮਨ ਤੇ ਕਬੂ ਨਾ ਟਰੋਂ ਇਸ ਸਿਧਾਂਤ ਨੂੰ ਉਹਨਾਂ ਨੇ ਬਣਾਇਆ ਕਿ ਚੰਗੇ ਕੰਮ ਦੇ ਵਿੱਚ ਦੇਰੀ ਨਾ ਕੀਤੀ ਜਾਵੇ। ਫਿਰ ਆਪਾਂ ਦੇਖਦੇ ਹਾਂ ਕਿ ਪੰਜਾਬ ਐਂਡ ਸਿੰਧ ਬੈਂਕ ਨੇ ਜੋ ਕੰਮ ਕੀਤੇ ਕੈਲੰਡਰ ਅਸੀਂ ਸਾਰੇ ਸਾਨੂੰ ਬਚਪਨ ਯਾਦ ਆ ਵੀ ਹਰ ਸਾਲ ਉਡੀਕਦੇ ਸੀ ਪੰਜਾਬ ਐਂਡ ਸਿੰਧ ਰੈਂਕ ਦਾ ਕੈਲੰਡਰ ਉਹ ਥੀਮ ਬੇਸਡ ਹੁੰਦਾ ਸੀ ਹਰ ਕੈਲੰਡਰ ਤੇ ਹਰ ਵਾਰੀ ਉਹ ਆਰਟਿਸਟ ਨੂੰ ਨਵੀਆਂ ਪੇਂਟਿੰਗਸ ਬਣਵਾਉਂਦੇ ਸੀ ਆਰਟਿਸਟ ਦੀ ਵੀ ਮਦਦ ਹੋਉਗੀ ਵੀ ਪੇਂਟਿੰਗਸ ਬਣਵਾਉਂਦੇ ਸੀ ਉਹਨਾਂ ਚੋਂ 12 ਸਿਲੈਕਟ ਕਰਦੇ ਸੀ ਹਰ ਮਹੀਨੇ ਲਈ ਇੱਕ ਪੇਂਟਿੰਗ ਜਾਂ ਜਿਸ ਤਰ੍ਹਾਂ ਵੀ ਜੋ ਵੀ ਹਿਸਾਬ ਹੁੰਦਾ ਸੀ ਤੇ ਕਿੰਨੇ ਹੀ ਆਰਟਿਸਟ ਨੂੰ ਮਦਦ ਕਰਦੀ ਕੈਲੰਡਰ ਰਾਹੀਂ ਕਿੰਨਾ ਪ੍ਰਚਾਰ ਕਰ ਦਿੱਤਾ ਫਿਰ ਕੱਲਾ ਕੈਲੰਡਰ ਨਹੀਂ ਕਿਤਾਬਾਂ ਛਾਪਣੀਆਂ ਸ਼ੁਰੂ ਕਰਤੀਆਂ ਨਿੱਕੀਆਂ ਜਿੰਦਾਂ ਵੱਡਾ ਸਾਕਾ ਸਾਕਾ ਚਮਕੌਰ ਇੰਗਲਿਸ਼ ਦੇ ਵਿੱਚ ਗੁਰੂ ਬਾਲ ਗਾਥਾ ਇਹ ਬੈਂਕ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਛਾਪੀਆਂ ਗਈਆਂ ਤੇ ਵੰਡੀਆਂ ਗਈਆਂ ਔਰ ਜਿਹੜੇ ਕੈਲੰਡਰਾਂ ਦੇ ਥੀਮ ਸੀ ਕਦੇ ਸਿੱਖ ਬੀਬੀਆਂ ਕਦੇ ਸ਼ਹੀਦ ਕਦੇ 12 ਮਾਹ ਕਦੇ 94 ਭਗਤ ਕਦੇ ਇਤਿਹਾਸਕ ਗੁਰਦੁਆਰੇ ਕਦੇ ਸੇਵਾ ਦਾ ਸੰਕਲਪ ਕਦੇ ਸੱਚੀ ਸੁੱਚੀ ਕੀਰਤ ਕਦੇ ਗੁਰੂ ਗ੍ਰੰਥ ਸਾਹਿਬ ਕਦੇ ਅਰਦਾਸ ਸੋ ਹਰ ਸਾਲ ਦਾ ਜਿਹੜਾ ਕੈਲੰਡਰ ਹੁੰਦਾ ਸੀ ਉਹ ਵੀ ਇੱਕ ਪੂਰਾ ਆਪਣੇ ਆਪ ਦੇ ਵਿੱਚ ਇੱਕ ਥੀਮ ਹੁੰਦਾ ਸੀ। ਔਰ ਐਸੀ ਉਹਨਾਂ ਨੇ ਪ੍ਰੇਰਣਾ ਆਪਣੇ ਸਟਾਫ ਨੂੰ ਕਰਦੇ ਹੁੰਦੇ ਸੀ ਕਿ ਪੈਦਲ ਚੱਲਣ ਵਾਲਾ ਨੇ ਸਕੂਟਰ ਲੈਦੇ ਹੋ ਤੇ ਸਕੂਟਰ ਵਾਲੇ ਨੂੰ ਕਾਰ ਲੈਦੇ ਹੋ। ਆਪਣੇ ਸਟਾਫ ਦੀ ਐਸਪੀਰੇਸ਼ਨਸ ਅੱਗੇ ਵਧਣ ਦਾ ਸੁਪਨਾ ਦਿਖਾਉਂਦੇ ਸੀ ਤੇ ਉਹਨੂੰ ਮਦਦ ਕਰਦੇ ਸੀ। ਬਿਨਾ ਮੰਗੇ ਹੀ ਤਰੱਕੀ ਦੇ ਦਿੰਦੇ ਸੀ। ਤੇ ਜਿਹੜਾ ਕੋਈ ਨੌਜਵਾਨ ਟਰਾਂਸਫਰ ਜਿਹੜੀ ਕਰਦੇ ਸੀ ਉਹਦੇ 'ਚ ਕੋਈ ਕੰਮ ਨਾ ਜਾਣਾ ਚਾਹੇ ਤੇ ਉਹ ਨਾਰਾਜ਼ ਹੁੰਦੇ ਸੀ ਕਹਿੰਦੇ ਸੀ ਜਿੰਨਾ ਘਰ ਤੋਂ ਦੂਰ ਜਾਓਗੇ ਉਹਨਾਂ ਤੁਸੀਂ ਨਵਾਂ ਕੁਝ ਸਿੱਖੋਗੇ ਇਹ ਬੜੀ ਵੱਡੀ ਗੱਲ ਔਰ ਇਹਦੇ ਨਾਲ ਦੂਰ ਦੂਰ ਜਾ ਕੇ ਵੀ ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚੇ ਸਾਰੇ ਦੇਸ਼ ਵਿੱਚ ਖੁੱਲੀਆਂ ਸਮਾਲ ਲੈਂਡਿੰਗਸ ਛੋਟੇ ਲੋਨ ਪੰਜਾਬ ਐਂਡ ਸਿੰਧ ਬੈਂਕ ਨੇ ਦੇਣੇ ਸ਼ੁਰੂ ਕੀਤੇ ਰੂਰਲ ਬੈਂਕਿੰਗ ਪੰਜਾਬ ਐਂਡ ਸਿੰਧ ਬੈਂਕ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਪਹਿਲਾਂ ਸਾਰੇ ਬੈਂਕਾਂ ਦੀਆਂ ਬ੍ਰਾਂਚਾਂ ਸ਼ਹਿਰਾਂ 'ਚ ਹੁੰਦੀਆਂ ਸੀ ਪੰਜਾਬ ਐਂਡ ਸਿੰਧ ਬੈਂਕ ਨੇ ਪੰਜਾਬ ਦੇ ਪਿੰਡਾਂ ਵਿੱਚ ਆਪਣੀਆਂ ਬ੍ਰਾਂਚਾਂ ਖੋਲ੍ਹੀਆਂ 2-2 ਹਜ਼ਾਰ ਦੇ ਲੋਨ ਲੋਕਾਂ ਨੂੰ ਦਿੱਤੇ ਸੋ ਇਹ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਇਕਨੋਮਿਕ ਜਿਹੜੀ ਰੈਵੋਲੂਸ਼ਨ ਡਾਕਟਰ ਇੰਦਰਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਆਈ ਅੱਛਾ ਫਿਰ ਉਹਨਾਂ ਕੋਲ ਇੱਕ ਹਰੇਕ ਨੂੰ ਕਹਿੰਦੇ ਹੁੰਦੇ ਸੀ ਉੱਠੋ ਯਾਰੋ ਹਮਲਾ ਮਾਰੋ ਦੀਵਾਨਾ ਨੂੰ ਕਹਿੰਦੇ ਸੀ ਜੇ ਮੈਂ ਇਸ ਉਮਰ ਚ ਇਹਨਾਂ ਕੰਮ ਕਰ ਸਕਦਾ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਔਰ ਗੰਗਾ ਨਗਰ ਵਿੱਚ ਇੱਕ ਮੀਟਿੰਗ ਵਿੱਚ ਐਦਾਂ ਇਹਨਾਂ ਨੇ ਕਿਹਾ ਤੇ ਕਹਿੰਦੇ ਜੀ ਉਸ ਤੋਂ ਬਾਅਦ ਉਸ ਬ੍ਰਾਂਚ ਦੇ ਜਿਹੜੇ ਟੀਚੇ ਉਹ ਇੰਨੇ ਜਿਆਦਾ ਵਧੀਆ ਉਹਨਾਂ ਨੇ ਪੂਰੇ ਕੀਤੇ ਕਿ ਸਾਰੇ ਸਟਾਫ ਨੂੰ ਦੇ ਅੰਦਰ ਜਿਵੇਂ ਕਰੰਟ ਆ ਗਿਆ ਹੁੰਦਾ ਸੋ ਐਫੋ ਜਿਆ ਬਹੁਤ ਸਾਰਾ ਕੇਸਿਸ ਅੱਛਾ ਲੰਡਨ ਦੇ ਵਿੱਚ ਜਦੋਂ ਬ੍ਰਾਂਚ ਖੋਲੀ ਤੇ ਕਹਿੰਦੇ ਆਗਿਆ ਨਹੀਂ ਸੀ ਮਿਲ ਰਹੀ ਡਾਕਟਰ ਸਾਹਿਬ ਆਪ ਉੱਥੇ ਅੰਗਰੇਜ਼ ਅਫਸਰ ਨੂੰ ਮਿਲਣ ਗਏ ਤੇ ਐਨੇ ਵਧੀਆ ਤਰੀਕੇ ਨਾਲ ਆਪਣਾ ਕੇਸ ਪੇਸ਼ ਕੀਤਾ ਕਿ ਲੰਡਨ ਦੇ ਵਿੱਚ ਬੈਂਕ ਦੀ ਬ੍ਰਾਂਚ ਖੁੱਲੀ ਕਿੱਥੇ ਇੱਕ ਛੋਟਾ ਜਿਹਾ ਬੈਂਕ ਪਾਰਟੀਸ਼ਨ ਤੋਂ ਪਹਿਲਾਂ ਵੰਡ ਤੋਂ ਪਹਿਲਾਂ ਇਹਦੀਆਂ 13 ਬ੍ਰਾਂਚਾਂ ਸੀ ਤੇ ਜਦੋਂ 47 ਤੋਂ ਬਾਅਦ 11 ਬ੍ਰਾਂਚਾਂ ਪਾਕਿਸਤਾਨ 'ਚ ਰਹਿ ਗਈਆਂ ਇੱਧਰ ਸਿਰਫ 2 ਬ੍ਰਾਂਚਾਂ ਆਂ ਤੇ ਦੋ ਬ੍ਰਾਂਚਾਂ ਵਾਲੇ ਉਸ ਬੈਂਕ ਨੂੰ ਇਹਨਾਂ ਦੇ ਜੁਆਇਨ ਕਰਦੇ ਕਰਦੇ ਥੋੜੀਆਂ ਵੱਧ ਗਈਆਂ ਸਨ ਪਰ ਜਦੋਂ ਇਹਨਾਂ ਨੇ ਕਮਾਂਡ ਸੰਭਾਲੀ ਤੇ ਉਹਨੂੰ 700 ਬ੍ਰਾਂਚਾਂ ਤੱਕ ਇਹਨਾਂ ਨੇ ਪਹੁੰਚਾ ਦਿੱਤਾ 2 ਕਰੋੜ ਦੀ ਸਮਰੱਥਾ ਵਾਲੇ ਬੈਂਕ ਨੂੰ ਆਪਣੀ ਸਮੇਂ ਵਿੱਚ ਇਹਨਾਂ ਨੇ 200 ਕਰੋੜ ਦੀ ਸੰਸਥਾ ਜਿਹੜੀ ਹੈ ਬਣਾ ਦਿੱਤੀ ਅੱਛਾ ਜਿਹੜਾ ਕੋਈ ਨੌਜਵਾਨ ਕੀਰਤਨ ਕਰਦਾ ਹੁੰਦਾ ਸੀ ਜਪਜੀ ਸਾਹਿਬ ਸੁੰਨਾ ਤੇ ਉਹਨੂੰ ਕਹਿਣਾ ਵੀ ਆ ਜਾ ਭਾਈ ਤੂੰ ਬੈਂਕੇ ਚ ਆ ਜਾ ਹਰੇਕ ਨੂੰ ਮਿਹਨਤ ਕਰਨ ਲਈ ਕਹਿਣਾ ਤੇ ਜਦੋਂ ਕੋਈ ਪੁੱਛਦਾ ਸੀ ਇਹਨਾਂ ਨੂੰ ਵੀ ਤੁਹਾਡੇ ਆਰਾਮ ਨਹੀਂ ਕਰਦੇ ਤੁਸੀਂ ਕਿਵੇਂ ਸਾਰਾ ਕੁਝ ਕਰ ਲੈਂਦੇ ਹੋ ਤੇ ਇਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ ਮੈਂ ਇਕੱਲੇ ਥੋੜਾ ਕੰਮ ਕਰ ਰਿਹਾ ਮੇਰਾ ਵਾਹਿਗੁਰੂ ਮੇਰੇ ਨਾਲ ਵਾਹਿਗੁਰੂ ਦੀ ਸਮਰੱਥਾ ਵਿਅੰਤ ਹੈ ਤੇ ਉਹੀ ਜਿਹੜਾ ਹੈ ਉਹ ਬਖਸ਼ਿਸ਼ ਕਰ ਰਿਹਾ ਇੱਕ ਹੋਰ ਗੱਲ ਇਹਨਾਂ ਦੇ ਜੀਵਨ ਦੀ ਬੜੀ ਦੇ ਇਹਨੇ ਕਿਸੇ ਨੂੰ ਸੋਨੇ ਦਾ ਕੜਾ ਪਾਇਆ ਵੇਖ ਲੰਦੇ ਡਾਕਟਰ ਸਾਹਿਬ ਜ਼ਰੂਰ ਉਹਨੂੰ ਰੋਕ ਦੇ ਤੇ ਗੁੱਟ ਤੋਂ ਫੜ ਕੇ ਕਹਿੰਦੇ ਵੀ ਗੁਰੂ ਨੇ ਬਰਾਬਰੀ ਰੱਖੀ ਹੈ ਕਕਾਰਾਂ ਦੇ ਵਿੱਚ ਸੋਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਹਾਲੀ ਵੀ ਪਦਾਰਥਕ ਦੌੜ ਦੇ ਵਿੱਚ ਸ਼ਾਮਲ ਹਾਂ ਪਰ ਉਹਨੂੰ ਪ੍ਰੇਰਣਾ ਕਰਦੇ ਰਾਗੀ ਸਿੰਘਾਂ ਨਾਲ ਆਪਜੀ ਦਾ ਬੜਾ ਹੀ ਪਿਆਰ ਸੀ ਭਾਈ ਸਮੁੰਦ ਸਿੰਘ ਜੀ ਭਾਈ ਗੋਪਾਲ ਸਿੰਘ ਜੀ ਭਾਈ ਅਮਰੀਕ ਸਿੰਘ ਜਖਮੀ ਭਾਈ ਬਖਸ਼ੀ ਸਿੰਘ ਜੀ ਪਟਿਆਲਾ ਪ੍ਰੋਫੈਸਰ ਦਰਸ਼ਨ ਸਿੰਘ ਜੀ ਆਮ ਇਹਨਾਂ ਦੇ ਘਰਾਂ ਦੇ ਵਿੱਚ ਆਪ ਇਹਨਾਂ ਸਾਰੇ ਕੀਰਤਨੀਏ ਇਹਨਾਂ ਦੇ ਗ੍ਰਹਿ ਵਿੱਚ ਵੀ ਤੇ ਬ੍ਰਾਂਚਾਂ ਵਿੱਚ ਵੀ ਜਾ ਕੇ ਕੀਰਤਨ ਕਰਦੇ ਹੁੰਦੇ ਸਨ ਲੇਕਿਨ ਆਪ ਦਾ ਜਿਹੜੀ ਪ੍ਰੀਤ ਸੀ ਉਹ ਸ਼ਬਦ ਦੇ ਨਾਲ ਸੀ ਰਾਗ ਦਾ ਸਤਕਾਰ ਸੀ ਗਾਣ ਵਾਲੇ ਰਾਗੀਆਂ ਦਾ ਸਤਕਾਰ ਸੀ ਬਟ ਅਸਲ ਪ੍ਰੀਤ ਜਿਹੜੀ ਹੈ ਸ਼ਬਦ ਦੇ ਨਾਲ ਸੀ ਔਰ ਸਾਰਿਆਂ ਨੂੰ ਇਹ ਪ੍ਰੇਰਣਾ ਕਰਦੇ ਸੀ ਕਿ ਪਾਠ ਕਰੋ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਔਰ ਸਹਿਜ ਪਾਠ ਇਹਨਾਂ ਦਾ ਲਗਾਤਾਰ ਜਾਰੀ ਰਹਿੰਦਾ ਸੀ ਕਹਿੰਦੇ ਹਰ 2-4 ਮਹੀਨੇ ਬਾਅਦ ਇਹ ਫਾਟ ਦਾ ਉਹ ਜਿਹੜਾ ਹੈ ਇਹ ਪਾੰਦੇ ਹੁੰਦੇ ਸਨ ਔਰ ਫਿਰ ਦੇਖੋ ਜੀ ਕੱਲਾ ਅਸੀਂ ਹੱਲੀ ਗੱਲ ਕੀਤੀ ਵੀ ਇਹਨਾਂ ਨੇ ਆਰਟਿਸਟਾਂ ਦੀ ਮਦਦ ਕੀਤੀ ਜਾਂ ਕਿਤਾਬਾਂ ਛਾਪੀਆਂ ਪੰਜਾਬੀ ਪੱਤਰਕਾਰੀ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਰੋਲ ਹੈ ਉਹ ਬੜਾ ਕਮਾਲ ਦਾ ਜਿਹਦੇ ਵਿੱਚ ਆਪ ਜੀ ਨੇ ਪੰਜਾਬੀ ਜਿਹੜੀਆਂ ਮੈਗਜ਼ੀਨਾਂ ਸੀ ਉਹਨਾਂ ਨੂੰ ਆਰਥਿਕ ਸਹਿਯੋਗ ਦਿੱਤਾ ਇਸ਼ਤਿਹਾਰ ਦਿੱਤੇ ਤੇ ਉਹਦੇ ਨਾਲ ਪੰਜਾਬੀ ਪੱਤਰਕਾਰੀ ਨੂੰ ਵੀ ਬਹੁਤ ਜ਼ਿਆਦਾ ਹਸਪਤਾਲਾਂ ਦੇ ਵਿੱਚ ਕੈਸਟਾਂ ਪ੍ਰੋਵਾਈਡ ਕਰਦੇ ਸੀ ਪੰਜਾਬ ਅਤੇ ਸਿੰਧ ਬੈਂਕ ਦੀ ਹਰ ਕਾਰ ਦੇ ਵਿੱਚ ਕੀਰਤਨ ਦੀ ਕੈਸਟ ਹੁੰਦੀ ਸੀ ਕਾਰ ਸਟਾਰਟ ਕਰਦੇ ਹੀ ਕੀਰਤਨ ਸ਼ੁਰੂ ਹੋ ਜਾਂਦਾ ਸੀ ਔਰ ਬਹੁਤ ਜ਼ਿਆਦਾ ਪ੍ਰੇਰਣਾ ਕਰਦੇ ਹੁੰਦੇ ਸੀ ਕਿ ਕੀਰਤਨ ਦੇ ਨਾਲ ਬਾਣੀ ਦੇ ਨਾਲ ਪਿਆਰ ਕਰਨ ਦੇ ਆਪ ਅਕਸਰ ਕਹਿੰਦੇ ਸੀ ਕਿ ਗੁਰੂ ਨਾਨਕ ਸਾਹਿਬ ਨੇ ਮੰਗਤੇ ਨਹੀਂ ਪੈਦਾ ਕੀਤੇ ਕਿਰਤੀ ਪੈਦਾ ਕੀਤੇ ਹਨ ਆਓ ਆਪਾਂ ਮਿਹਨਤ ਕਰੀਏ। ਔਰ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਨੂੰ ਵੀ ਮੱਥਾ ਨਹੀਂ ਸੀ ਕਿਸੇ ਹੋਰ ਨੂੰ ਮੱਥਾ ਟੇਕਣ ਨਹੀਂ ਦਿੰਦੇ ਸੀ ਕਹਿੰਦੇ ਸੀ ਸੱਚਾ ਫਾਤਿਹਾ ਗੁਰੂ ਗ੍ਰੰਥ ਸਾਹਿਬ ਹੈ ਕੋਈ ਮਨੁੱਖ ਨਹੀਂ ਮਨੁੱਖਾਂ ਨਾਲ ਆਪਾਂ ਨਹੀਂ ਜੁੜਨਾ। ਸੋ ਇਹ ਬਹੁਤ ਸਾਰੀਆਂ ਜੀਵਨ ਦੀਆਂ ਚਲਕਾਂ ਸਾਨੂੰ ਮਿਲਦੀਆਂ ਹਨ ਡਾਕਟਰ ਸਾਹਿਬ ਦੀਆਂ। ਕਹਿੰਦੇ ਨੇ ਇੱਕ ਵਾਰੀ ਦਾੜੀ ਕੱਟਾ ਇੱਕ ਨੌਜਵਾਨ ਸਰਦੀ ਦੇ ਕੋਲ ਜਿਵੇਂ ਕਿਸੇ ਗਏ ਸੀ ਉਹ ਗਲੇ ਵਿੱਚ ਹਾਰ ਪਾ ਰਹੇ ਸੀ ਤੇ ਦਾੜੀ ਕੱਟਾ ਹਾਰ ਪਾਣ ਲੱਗਾ ਉਹਨੂੰ ਕਹਿੰਦੇ ਨੇ ਵੇਟ ਬੜਾ ਲੰਮਾ ਉੱਚਾ ਸੀ ਉਹ ਸਮਝ ਗਿਆ ਵੀ ਮੇਰੀ ਦਾੜੀ ਕੱਟੀ ਹੋਈ ਹੈ ਉਹਨੇ ਮਨਤ ਕੀਤੀ ਤੇ ਇਹਨਾਂ ਨੇ ਕਿਹਾ ਵੀ ਤੂੰ ਵੇਟ ਪਹਿਲਾਂ ਗੁਰੂ ਵਾਲਾ ਬਣ ਜਾ ਫਿਰ ਇਸ ਤਰ੍ਹਾਂ ਹੀ ਬੈਂਕ ਵਿੱਚ ਜੇ ਕੋਈ ਆਇਆ ਕਹਿੰਦੇ ਨੇ ਇੱਕ ਵਾਰੀ ਇੱਕ ਅਫਸਰ ਜਿਹੜਾ ਬੈਂਕ ਵਿੱਚ ਭਰਤੀ ਹੋ ਚੁੱਕਾ ਸੀ ਇੱਕ ਦਿਨ ਦਾੜੀ ਕੱਟ ਕੇ ਆ ਗਿਆ ਟੈਕ ਸਾਹਿਬ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ 2 ਮਹੀਨੇ ਦੀ ਛੁੱਟੀ ਦੇ ਭੇਜ ਦਿੱਤਾ ਜਬਰੀ ਛੁੱਟੀ ਤੇ ਤੂੰ ਦੁਬਾਰਾ ਸਾਬਤ ਸੂਰਤ ਹੋ ਕੇ ਆ ਮੈਂ ਆਪਣੇ ਬੈਂਕ ਦੀ ਕਲਚਰ ਖਰਾਬ ਨਹੀਂ ਕਰਨੀ ਅੱਜ ਤੂੰ ਹੀ ਸ਼ੁਰੂ ਕੀਤਾ ਕੱਲ ਨੂੰ ਕੋਈ ਹੋਰ ਕਰੇਗਾ ਅੱਛਾ ਇੱਕ ਬੜੀ ਕਮਾਲ ਦੀ ਗੱਲ ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਦਾੜੀ ਕੱਟਦਾ ਸੀ ਤੇ ਉਹਨੂੰ ਕਿਸੇ ਨੇ ਕਿਹਾ ਤੂੰ ਦਾੜੀ ਰੱਖ ਲੈ ਸਿੱਖ ਬਣ ਜਾ ਤੇ ਫਿਰ ਤੈਨੂੰ ਬੈਂਕ ਵਿੱਚ ਨੌਕਰੀ ਮਿਲ ਜਾਏਗੀ ਅਨੇ ਦਾੜੀ ਰੱਖ ਲਈ ਦਿੱਲੀ ਚਲਾ ਗਿਆ ਇੰਟਰਵਿਊ ਹੋਈ ਉਹਦੀ ਸਿਲੈਕਸ਼ਨ ਹੋ ਗਈ ਪਰ ਉਹਦੇ ਆਰਡਰ ਆਉਣ ਨੂੰ 3-4 ਮਹੀਨੇ ਲੱਗ ਗਏ ਉਹ ਵਾਪਸ ਪਿੰਡ ਆਇਆ ਪਿੰਡ ਵਾਲੇ ਮਜ਼ਾਕ ਉਡਾਨ ਉਹਨੇ ਫਿਰ ਕੇਸਾਂ ਦੀ ਰੋਮਾਂ ਦੀ ਬੇਦਬੀ ਕਰ ਲਈ ਇਹਨੇ ਨੂੰ ਸਿਲੈਕਸ਼ਨ ਦੀ ਜੁਆਇਨਿੰਗ ਦੀ ਲੈਟਰ ਆ ਗਈ ਉਹ ਬੜਾ ਖੁਸ਼ ਕੇਂਦਰ ਚਲੋ ਜੁਆਇਨਿੰਗ ਦੀ ਲੈਟਰ ਆ ਗਈ ਹੁਣ ਤਾਂ ਉਹ ਦਾੜੀ ਕੱਟਾ ਜਿਹੜੀ ਬ੍ਰਾਂਚ ਜੁਆਇਨ ਕਰਨਾ ਸੀ ਘਰ ਤੋਂ ਦੂਰ ਸੀ ਉੱਥੇ ਗਿਆ ਮੈਨੇਜਰ ਨੂੰ ਦਿਖਾਇਆ ਮੈਨੇਜਰ ਨੇ ਉਹਦੀ ਸ਼ਕਲ ਵੱਲ ਦੇਖਿਆ ਤੇ ਮੈਨੇਜਰ ਨੇ ਮਨਾਂ ਕਰਤਾ ਕਹਿੰਦੇ ਮੈਂ ਨਹੀਂ ਜੁਆਇਨ ਕਰਾਣਾ ਉਹ ਕਵੇ ਹੈੱਡ ਆਫਿਸ ਦੀ ਚਿੱਠੀ ਆਈ ਏ ਮੈਨੂੰ ਜੁਆਇਨਿੰਗ ਦੀ ਕਹਿੰਦਾ ਜੀ ਇਹ ਤੇਰੀ ਸ਼ਕਲ ਵਾਲੇ ਬੰਦੇ ਸਾਡੇ ਬੈਂਕ 'ਚ ਨਹੀਂ ਹੋ ਸਕਦੇ ਇਹ ਹੈੱਡ ਆਫਿਸ ਤੋਂ ਗਲਤੀ ਹੋ ਗਈ ਦੁਬਾਰਾ ਉਹਨਾਂ ਕੋਲ ਤੋਂ ਮਿਲ ਕੇ ਆ ਯਾਨੀ ਸਾਰੇ ਬੈਂਕ ਦੀ ਕਲਚਰ ਐਸੀ ਬਣ ਗਈ ਸੀ ਕਿੰਨੀ ਕਮਾਲ ਦਾ ਉਹਨਾਂ ਨੇ ਇਹ ਇੱਕ ਕਾਰਜ ਕੀਤਾ ਕੱਲਾ ਬੈਂਕਿੰਗ ਨਹੀਂ ਨਾਲ ਸਿੱਖੀ ਦੀ ਜਿਹੜੀ ਸੰਭਾਲ ਉਹਨਾਂ ਨੇ ਇਹ ਕੀਤੀ ਡਾਕਟਰ ਸਾਹਿਬ ਮਾਤਾ ਪਿਤਾ ਦਾ ਬੜਾ ਸਤਿਕਾਰ ਕਰਦੇ ਹੁੰਦੇ ਸੀ ਆਪਣੇ ਸਟਾਫ ਦੇ ਘਰ ਜਾਣਾ ਤੇ ਪੁੱਛਣਾ ਵੀ ਮਾਤਾ ਪਿਤਾ ਦਾ ਕਮਰਾ ਕਿਹੜਾ ਜੇ ਕਿਸੇ ਨੇ ਵਾਰਾਂਡੇ 'ਚ ਢਾਈ ਹੋਵੇ ਜਾਂ ਬਾਹਰ ਕਿਤੇ ਰੱਖੀ ਹੋਵੇ ਕਹਿੰਦੇ ਨਹੀਂ ਜਿਵੇਂ ਦਾ ਤੁਹਾਡਾ ਕਮਰਾ ਓਵੇਂ ਹੀ ਘਰ ਦੇ ਵਿੱਚ ਮਾਤਾ ਪਿਤਾ ਦਾ ਕਮਰਾ ਹੋਣਾ ਚਾਹੀਦਾ ਇਹ ਜਿਹੜੀਆਂ ਸਿੱਖ ਵੈਲਿਊਜ਼ ਨੇ ਉਹਨੂੰ ਡਾਕਟਰ ਸਾਹਿਬ ਨੇ ਬਹੁਤ ਜ਼ਿਆਦਾ ਇਹ ਪ੍ਰਮੋਟ ਕੀਤਾ ਵਰਕ ਕਲਚਰ ਨੂੰ ਪ੍ਰਮੋਟ ਕੀਤਾ ਆਰਾਮ ਲਈ ਜਾਂ ਕਿਤੇ ਉਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਆਪ ਨਹੀਂ ਜਿਹੜੇ ਰਏ ਔਰ ਬਹੁਤ ਵੱਡਾ ਜੀਵਨ ਸਾਥੀ ਨੇ ਇਹਨਾਂ ਦੇ ਉਹਨਾਂ ਦਾ ਨਾਮ ਦਮਯੰਤ ਕਾਰਜੀ ਸੀ ਸਾਰੇ ਅੰਮੀ ਜੀ ਕਹਿੰਦੇ ਹੁੰਦੇ ਸੀ ਤੇ ਵਿਆਹ ਤੋਂ ਪਹਿਲਾਂ ਹੀ ਉਹਨਾਂ ਨੇ ਕਹਿ ਦਿੱਤਾ ਸੀ ਮੇਰਾ ਬੈਂਕਿੰਗ ਕਾਰਜ ਅਤ ਵਿਖਮ ਹੈ ਕਾਰ ਵਿੱਚ ਪੂਰਾ ਸਮਾਂ ਨਹੀਂ ਦੇ ਸਕਾਂਗਾ ਦਮਯੰਤ ਕਾਰਜੀ ਨੇ ਅੰਮੀ ਜੀ ਨੇ ਪੂਰਾ ਇਹਨਾਂ ਨੂੰ ਸਪੋਰਟ ਕੀਤਾ ਔਰ ਕਹਿੰਦੇ ਨੇ ਇਹਨਾਂ ਦੀ ਵਿਦਾਇਗੀ ਵੀ ਬੜੀ ਕਮਾਲ ਦੀ ਸੀ ਆਮ ਤਰਤੇ ਚਾ ਤਾਂ ਅਸੀਂ ਬਜ਼ੁਰਗ ਹੋ ਜਾਂਦੇ ਆ ਨਾ ਪਤੀ ਪਤਨੀ ਇੱਕ ਦੂਜੇ ਨੂੰ ਕਹਿੰਦੇ ਨੇ ਪਹਿਲਾਂ ਮੈਂ ਜਾਣਾ ਕਿ ਤੂੰ ਜਾਣਾ ਮੈਂ ਚਲੀ ਜਾਣਾ ਜਾਂ ਕੋਈ ਐਦਾਂ ਦੀ ਗੱਲਾਂ ਅਸੀਂ ਕਰਦੇ ਹੁੰਨੇ ਆ ਤੇ ਇਹ ਕਹਿੰਦੇ ਸੀ ਵੀ ਨਹੀਂ ਅਸੀਂ ਇਕੱਠੇ ਹੀ ਜਾਈਏ ਔਰ ਉਹ ਪਾਣਾ ਵੀ ਐਸਾ ਵਾਪਰਿਆ ਕਿ ਡਾਕਟਰ ਸਾਹਿਬ ਹਸਪੀਟਲ ਵਿੱਚ ਐਡਮਿਟ ਸੰ ਤੇ ਉਹ ਮਤਲਬ ਗਏ ਤੇ ਪਿੱਛੋਂ ਅੰਮੀ ਜੀ ਬਾਥਰੂਮ ਵਿੱਚ ਡਿੱਗ ਪਏ ਅਵੀ ਕਮਾਈ ਚਲੇਗੀ ਉਹਦੋਂ ਡਾਕਟਰ ਅੰਗੈ ਦੋ ਦਿਨਾਂ ਬਾਅਦ ਅੰਮੀ ਜੀ ਚਲੇ ਗਏ ਤੇ ਦੋਹਾਂ ਦਾ ਪਰਿਵਾਰ ਵੱਲੋਂ ਇਕੱਠਾ ਹੀ ਜਿਹੜਾ ਹੈ ਫੋਗ ਪਾਇਆ ਗਿਆ ਇਹ ਵਿਲੱਖਣ ਵਿਦਾਇਗੀ ਇਹਨਾਂ ਦੀ ਸੀ ਸੋ ਹੋਰ ਵੀ ਡਾਕਟਰ ਦੇ ਜੀਵਨ ਦੀਆਂ ਬਹੁਤ ਸਾਰੀਆਂ ਗੱਲਾਂ ਇਸ ਕਿਤਾਬ ਵਿੱਚ ਦਰਜ ਨੇ ਬੈਂਕ ਦੀਆਂ ਜਿਹੜੀਆਂ ਮੁਸ਼ਕਿਲਾਂ ਕਿੰਨੇ ਔਖੇ ਸਮੇਂ ਵਿੱਚ ਕਹਿੰਦੇ ਨੇ ਖਮਾਣੋ ਦੇ ਕੋਲ ਬੈਂਕ ਖੁੱਲਣਾ ਸੀ ਤੇ ਉਹ ਫਰਸਟ ਬ੍ਰਾਂਚ ਫਰਸਟ ਫਲੋਰ ਤੇ ਉਹ ਉਹਦਾ ਕਿਰਾਇਆ ਤੇ ਲਿਆ ਉਹਨਾਂ ਨੇ ਬੈਂਕ ਤੇ ਜਦੋਂ ਕਿਰਾਇਆ ਤੇ ਲੈ ਲਿਆ ਤੇ ਉਹਦੀ ਸਟਰੋਂਗ ਰੂਮ ਤਿਆਰ ਕਰ ਰਹੀ ਸੀ ਤੇ ਉਹਨਾਂ ਨੇ ਕਿਹਾ ਵੀ ਟਾਇਲਟ ਵੀ ਬਣਾਣਾ ਉਹਨਾਂ ਦੇ ਨਾਲ ਟਾਇਲਟ ਬਾਹਰ ਹੁੰਦੀ ਸੀ ਤੇ ਉਹ ਮਾਲਕ ਮਕਾਨ ਕਰੇ ਪਖਾਨਾ ਘਰ ਵਿੱਚ ਉਹ ਵੀ ਸਿਰ ਤੇ ਵੀ ਇਹ ਤਾਂ ਕਦੇ ਹੋ ਨਹੀਂ ਸਕਦਾ ਫਿਰ ਜਦੋਂ ਉਹਨੂੰ ਸਮਝਾਇਆ ਵੀ ਨਹੀਂ ਪਈ ਇਹ ਤਾਂ ਇਦਾਂ ਹੀ ਐ ਬੈਂਕ ਦੇ ਵਿੱਚ ਟਾਇਲਟ ਹੋਣਾ ਬੜਾ ਜ਼ਰੂਰੀ ਹੈ ਸੋ ਕਿਸ ਔਖੇ ਹਾਲਾਤਾਂ ਵਿੱਚ ਇਹਨਾਂ ਨੇ ਇਹ ਸਾਰੇ ਕਾਰਜ ਕੀਤੇ ਇਹ ਬਹੁਤ ਔਰ ਸਿੱਖੀ ਦਾ ਦਰਦ ਬੜੀ ਕਮਿਟਮੈਂਟ ਸੀ ਉਹਨਾਂ ਦੇ ਮਨ ਵਿੱਚ ਕਹਿੰਦੇ ਨੇ ਇੱਕ ਮੀਟਿੰਗ ਵਿੱਚ ਕਿਸੇ ਨੇ ਕਿਹਾ ਤਾਂ ਆਪਕੇ ਬੈਂਕ ਵਿੱਚ ਤਾਂ ਸਿੱਖ ਹੀ ਨਜ਼ਰ ਆਤੇ ਹਨ ਕੀ ਕਾਰਨ ਹੈ ਤੇ ਉਹਨੂੰ ਕਿਤੇ ਘਬਰਾਣ ਦੀ ਗੱਲ ਨਹੀਂ ਉਹਨਾਂ ਨੇ ਅੱਗੋ ਕਿਹਾ ਕੀ ਕਾਰਨ ਹੈ ਬਾਕੀ ਬੈਂਕੋ ਵਿੱਚ ਸਿੱਖ ਨਜ਼ਰ ਨਹੀਂ ਆਤੇ ਆਪ ਲੋਕ ਸਿੱਖੋਂ ਕੋ ਵਰਤੀ ਨਹੀਂ ਕਰਤੇ ਇਸ ਲਈ ਸਿੱਖੋਂ ਨੇ ਆਪਣਾ ਬੈਂਕ ਬਣਾ ਲਿਆ ਉਹਨਾਂ ਨੇ ਕਦੇ ਇਸ ਗੱਲ ਤੇ ਸ਼ਰਮ ਨਹੀਂ ਮਹਿਸੂਸ ਕੀਤੀ ਕਿ ਮੈਂ ਆਪਣੀ ਕੌਮ ਲਈ ਕੰਮ ਕਰ ਰਿਹਾ ਤੇ ਕਦੇ ਡਿਫੈਂਸਿਵ ਨਹੀਂ ਹੋਏ ਕਦੇ ਛੁਪਾਇਆ ਨਹੀਂ ਸਗੋਂ ਮਾਣ ਕੀਤਾ ਕਿ ਅਸੀਂ ਆਪਣੀ ਕੌਮ ਨੂੰ ਭਲਾਈ ਲਈ ਅਸੀਂ ਇਹ ਕੰਮ ਕਰ ਰਹੇ ਹਾਂ ਰਿਜ਼ਰਵ ਬੈਂਕ ਨੇ ਇੱਕ ਵਾਰੀ ਡਾਕਟਰ ਸਾਹਿਬ ਨੂੰ ਕਹਿਤਾ ਵੀ ਆਪ ਇਤਨੇ ਸਿੱਖ ਕਿਉਂ ਵਰਤੀ ਕਰ ਰਹੇ ਹੋ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਮੈਂ ਗੈਰ ਸਿੱਖਾਂ ਨੂੰ ਨਾ ਨਹੀਂ ਕਰਦਾ ਪਰ ਜੇ ਸਿੱਖ ਮੇਰੇ ਕੋਲ ਕੋਈ ਆਵੇ ਤੇ ਮੈਂ ਉਹਨੂੰ ਮਨਾ ਨਹੀਂ ਕਰਦਾ ਤੁਸੀਂ ਇਹ ਦੱਸੋ ਕਿ ਕੋਈ ਸਾਡੇ ਬੈਂਕ ਦਾ ਕਿਸੇ ਸਿੱਖ ਨੇ ਨੁਕਸਾਨ ਕੀਤਾ ਹੈ ਰਿజర్ਵ ਬੈਂਕ ਕੋਲੇ ਦਾ ਕੋਈ ਜਵਾਬ ਨਹੀਂ ਔਰ ਉਹ ਇੱਕ ਐਸਾ ਸਮਾਂ ਸੀ ਇਹਨਾਂ ਨੇ ਬਹੁਤ ਸਾਰਾ ਵਾਜੀਵਾ ਜੀ ਪ੍ਰੇਮ ਸਿੰਘ ਜੀ ਲਿਖ ਰਹੇ ਨੇ ਕਿ ਹੱਕੀ ਖਿਡਾਰੀਆਂ ਨੇ ਇਤਿਸ਼ਾਦ ਕੀਤਾ ਮੈਂ ਮਹਿਸੂਸ ਕਰਦਾ ਹਾਲੀ ਵੀ ਡਾਕਟਰ ਸਾਹਿਬ ਦੇ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਸੱਜਣ ਹੋਣਗੇ ਅੱਜ ਦੀ ਇਕੱਤਰਤਾ ਤੋਂ ਬਾਅਦ ਅਗਰ ਅਸੀਂ ਕੋਸ਼ਿਸ਼ ਕਰੀਏ ਭਾਵੇਂ ਕਿਤਾਬ ਪਹਿਲਾ ਐਫਰਟ ਸੀਗਾ ਅਸੀਂ ਹੋਰ ਚੀਜ਼ਾਂ ਲਿਆ ਕੇ ਲਿਖੀਏ ਇੱਕ ਬੜੀ ਵਧੀਆ ਘਟਨਾ ਮੈਨੂੰ ਕਿਸੇ ਨੇ ਸੁਣਾਈ ਕਹਿੰਦੇ ਜੀ ਉਧਰ ਆਂਧਰਾ ਪ੍ਰਦੇਸ਼ ਦੇ ਵਿੱਚ ਬੈਂਕ ਸੀ ਤੇ ਉੱਥੇ ਜਿਹੜੇ ਸਿੱਖ ਗਏ ਅਦਰੋ ਦੀ ਸਾਰੇ ਟਰਾਂਸਫਰ ਹੋ ਕੇ ਤੇ ਉੱਥੇ ਦੇ ਲੋਕ ਕਹਿੰਦੇ ਸੀ ਅਮਨੇ ਤੋਂ ਇਤਨੇ ਰੰਗੋ ਕੀ ਪਗੜੀਆਂ ਕਦੇ ਦੇਖੀ ਨਹੀਂ ਮਤਲਬ ਇਹ ਸਿੱਖੀ ਪ੍ਰਚਾਰ ਦਾ ਇੱਕ ਬੜਾ ਵਧੀਆ ਢੰਗ ਸੀ ਬੈਂਕ ਦੇ ਰਾਹੀਂ ਜਿਹੜਾ ਡਾਕਟਰ ਸਾਹਿਬ ਨੇ ਬਾਕੂਬੀ ਨਿਭਾਇਆ ਔਰ ਇੱਕ ਆਪਣੇ ਸਾਰੇ ਸਟਾਫ ਮੈਂਬਰਾਂ ਨੂੰ ਇਹਨਾਂ ਨੇ ਹੋਮ ਲੋਨ ਲਈ ਪ੍ਰੇਰਣਾ ਕੀਤੀ ਸਾਰਿਆਂ ਨੂੰ ਕਹਿੰਦੇ ਸੀ ਆਪਣਾ ਕਿੱਲਾ ਬਣਾਓ ਆਪਣਾ ਘਰ ਬਣਾਓ ਔਰ ਮਤਲਬ ਹਾਊਸਿੰਗ ਲੋਨ ਲਿਬਰਲ ਹਾਊਸਿੰਗ ਲੋਨ ਇਹਨਾਂ ਨੇ ਆਪਣੇ ਸਟਾਫ ਨੂੰ ਦਿੱਤੇ ਤਾਂ ਕਿ ਉਹ ਘਰ ਬਣਾ ਸਕਣ ਇੱਕ ਹੋਰ ਬੜੀ ਘਟਨਾ ਮੈਨੂੰ ਯਾਦ ਆਈ 84 ਦੀ 84 ਦਾ ਨਿੰਦਨਯੋਗ ਸਾਕਾ ਨੈਸ਼ਨਲ ਸ਼ੇਮ ਡੇ ਹੁਣ ਕਹਿਣ ਲੱਗ ਪਏ ਨੇ ਬਿਲਕੁਲ ਬੜਾ ਸਹੀ ਸ਼ਬਦ ਜੈਨੋਸਾਈਡ ਸੀ ਉਸ ਵੇਲੇ ਨਹੀਂ ਦਿਉ ਇਹਨਾਂ ਦੀ ਉਮਰ 73 ਸਾਲ ਦੀ ਸੀ ਤੇ ਸਰਕਾਰ ਵੱਲੋਂ ਇਹਨਾਂ ਨੂੰ ਆਇਆ ਕਿ ਮੈਡਮ ਜੀ ਕਹਿ ਰਹੇ ਨੇ ਕਿ ਤੁਸੀਂ ਇੱਕ ਸਾਡੀ ਮਰਜ਼ੀ ਦਾ ਇਹ ਬਿਆਨ ਦੇ ਦਿਓ ਤੇ ਜਿਹੜੀ ਸਟੇਟ ਤੇ ਹੱਥ ਰੱਖੋ ਉਹਦਾ ਗਵਰਨਰ ਤੁਹਾਨੂੰ ਲਗਾ ਦਿੰਨੇ ਆ ਬਾਕੀ ਸਭ ਕੁਝ ਨਹੀਂ ਉਹ ਸਰਕਾਰੀ ਬੰਦੇ ਚਲੇ ਗਏ ਜਾ ਕੇ ਫਿਰ ਉਹਨਾਂ ਨੇ ਫੋਨ ਕੀਤਾ ਕਿ ਅਸੀਂ 2-3 ਦਿਨ ਤੁਹਾਡੀ ਉਡੀਕ ਕਰਦੇ ਹਾਂ ਤੁਸੀਂ ਦੁਬਾਰਾ ਸੋਚ ਲਓ ਉਹ ਕਹਿੰਦੇ ਨਹੀਂ ਇਹਦੇ 'ਚ ਮੈਂ ਦੁਬਾਰਾ ਸੋਚਣਾ ਹੀ ਨਹੀਂ ਵਡਿਆਈਆਂ ਰਾਜਪਾਗ ਦੀਆਂ ਪੇਸ਼ ਪੇਸ਼ਕਸ਼ਾਂ ਧਨ ਦੌਲਤ ਕੋਈ ਵੀ ਉਹਨਾਂ ਨੂੰ ਆਪਣੇ ਨਿਸ਼ਾਨੇ ਤੋਂ ਡੁਲਾ ਨਹੀਂ ਸਕਿਆ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਮੈਂ ਇਹਦੇ ਬਾਰੇ ਸੋਚ ਵੀ ਨਹੀਂ ਸਕਦਾ ਕਿ ਮੈਂ ਆਪਣੀ ਕੌਮ ਦਾ ਨੁਕਸਾਨ ਕਰਾਂ ਤੇ ਕੋਈ ਗਲਤ ਬਿਆਨ ਦੇ ਆਰ ਰਾਦਰ ਉਹਨਾਂ ਦੇ ਨਿਕਟ ਵਰਤੀ ਦੱਸਦੇ ਨੇ 84 ਤੋਂ ਬਾਅਦ ਉਹਨਾਂ ਦੇ ਅੰਦਰ ਇਹ ਸਪੀੜਾ ਦਾ ਹੋਰ ਪ੍ਰਬਲ ਹੋ ਗਈ ਤੇ ਉਹਨਾਂ ਨੇ ਹੋਰ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਅਸੀਂ ਹੋਰ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਿਹੜਾ ਹੈ ਉਹ ਬੈਂਕਿੰਗ ਰਾਹੀ ਉਹਨਾਂ ਦੀ ਸਪੋਰਟ ਕਰ ਸਕਦੇ ਹਾਂ ਔਰ ਕਹਿੰਦੇ ਨੇ ਵੀ ਜਿਹੜੇ ਜਦੋਂ ਬੈਂਕ ਨੈਸ਼ਨਲਾਈਜ਼ ਹੋਇਆ ਤੇ ਸਾਰੀ ਰਾਤ ਉਹਦੋਂ ਬੈਂਕ ਦੀ ਬ੍ਰਾਂਚ ਚੱਲੀ ਆ ਟਾਈਪਰਾਈਟਰ ਹੁੰਦਾ ਸੀ ਬੈਕ ਡੇਟ ਦੇ ਵਿੱਚ ਚਿੱਠੀਆਂ ਟਾਈਪ ਕਰਕੇ ਆਪਣੇ ਬੰਦਿਆਂ ਨੂੰ ਪ੍ਰਮੋਸ਼ਨਾਂ ਦੇ ਦਿੱਤੀਆਂ ਤੇ ਉਹਦਾ ਅਸਰ ਇਹ ਹੋਇਆ ਕਿ ਉਹ ਜਲਦੀ ਬੰਦੇ ਸੀਨੀਅਰ ਹੋ ਗਏ ਤੇ ਜਦੋਂ ਕਦੇ ਦੂਜੇ ਬੈਂਕਾਂ ਵੀ ਚੇਅਰਮੈਨ ਲੱਗਣ ਦੀ ਗੱਲ ਆਂਦੀ ਸੀ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਮੋਸਟ ਹੋਣ ਕਰਕੇ ਉਹਨਾਂ ਨੂੰ ਉਹ ਪੋਸਟ ਮਿਲਦੀ ਸੀ ਤੇ ਕਹਿੰਦੇ ਨੇ ਇੱਕ ਟਾਈਮ ਤੇ ਫਾਈਨਾਂਸ ਮਿਨਿਸਟਰ ਜਦੋਂ ਬੈਂਕਾਂ ਦੀ ਮੀਟਿੰਗ ਲੈਂਦਾ ਸੀ ਤੇ ਪੰਜ ਪੱਗਾਂ ਉਹਦੇ ਵਿੱਚ ਹੁੰਦੀਆਂ ਸੀ। ਕਿਆ ਬਾਤ ਹੈ ਜੀ ਪੰਜ ਬੈਂਕਾਂ ਦੇ ਚੇਅਰਮੈਨ ਸਰਦਾਰ ਸਿੰਘ, ਸੈਂਟਰਲ ਬੈਂਕ ਦੇ ਸਰਦਾਰ ਦਲਵੀਰ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਸੁਰਿੰਦਰ ਸਿੰਘ ਕੋਹਲੀ, ਅਲਾਹਾਬਾਦ ਬੈਂਕ ਤੇ ਅਰਪਜਨ ਸਿੰਘ, ਵਿਜੇ ਬੈਂਕ ਦੇ ਮਨਮੋਹਨ ਸਿੰਘ ਤੇ ਪੰਜਾਬ ਐਂਡ ਸਿੰਧ ਬੈਂਕ ਤੇ ਨਿਰਿੰਦਰ ਸਿੰਘ ਗੁਜਰਾਨ ਇੱਕ ਛੋਟੇ ਜਿਹੇ ਬੈਂਕ ਨੇ ਪੰਜ ਚੇਅਰਮੈਨ ਤਿਆਰ ਕਰ ਦਿੱਤੇ ਕੈਸੀ ਵਿਲੱਖਣ ਖੇਡ ਸੀ ਕੈਸੀ ਦੂਰੰਦੇਸ਼ੀ ਸੀ ਡਾਕਟਰ ਸਾਹਿਬ ਦੀ ਔਰ ਮੈਂ ਮਹਿਸੂਸ ਕਰਦਾ ਸਮਾਪਤੀ ਤੇ ਕਿ ਉਹਨਾਂ ਦੀ ਇੰਨੀ ਵੱਡੀ ਸੇਵਾਵਾਂ ਨੂੰ ਅਸੀਂ ਉਹਨਾਂ ਮਾਣ ਸਨਮਾਨ ਉਹਨਾਂ ਦੇ ਹੁੰਦੇ ਨਹੀਂ ਦੇ ਸਕੇ ਹੁਣ ਵੀ ਸਮਾਂ ਹੈ ਸਡੇ ਕਾਲਜ ਦੇ ਸਾਰੇ ਆਪਜੀ ਸੁਚੇਤ ਵੀਰੋ ਭੈਣਾ ਹੋ ਬੀਬੀਆਂ ਹੋ ਅਸੀਂ ਇਸ ਤਰ੍ਹਾਂ ਦਾ ਕੰਮ ਕਰੀਏ ਕਿ ਕੌਮ ਹੋਰ ਡਾਕਟਰ ਇੰਦਰਜੀਤ ਸਿੰਘ ਫਾਇਦਾ ਕਰੇ ਹੋਰ ਇਸ ਤਰ੍ਹਾਂ ਦੇ ਅਸੀਂ ਬੱਚਿਆਂ ਦੀ ਸੰਭਾਲ ਦੇ ਔਰ ਇਹ ਜਿਹੜਾ ਪਹਿਲਾ ਵਰਲਡ ਸਿੱਖ ਐਂਟਰਪ੍ਰਾਈਜ਼ ਡੇ ਮਨਾਇਆ ਜਾ ਰਿਹਾ ਹੈ ਕਿ ਅਸੀਂ ਸਾਰੇ ਆਪਣੇ ਆਲੇ ਦੁਆਲੇ ਗੁਰਦੁਆਰਿਆਂ ਨੂੰ ਸੰਸਥਾਵਾਂ ਨੂੰ ਇੱਕ ਪ੍ਰੇਰਣਾ ਕਰੀਏ ਬੇਨਤੀ ਕਰੀਏ ਭਾਈ ਜਿਆਦਾ ਨਹੀਂ ਘਟੋ ਘਟ ਇੱਕ ਇੱਕ ਨੌਜਵਾਨ ਦੀ ਬਾਹ ਫੜ ਅਸੀਂ ਲੁਧਿਆਣੇ ਵਿੱਚ ਦੋ ਨੌਜਵਾਨਾਂ ਨੂੰ 10 ਸਾਲ ਪਹਿਲਾਂ 1.5 ਲੱਖ ਕਰਜ਼ਾ ਦਿੱਤਾ ਸੀ ਅੱਜ ਉਹਨਾਂ ਦੀ ਟਰਨਓਵਰ 20 ਕਰੋੜ ਹੋ ਗਈ ਸਾਡੇ ਪੈਸੇ ਵੀ ਮੋੜ ਦਿੱਤੇ ਉਹਨਾਂ ਨੇ ਤੇ ਸਬੰਧ ਵੀ ਦੇ ਰਹੇ ਇਹ ਕਿਉਂ ਨਹੀਂ ਹਰ ਗੁਰਦੁਆਰਾ ਕਰ ਸਕਦਾ ਹੈ ਹਰ ਸੰਸਥਾ ਕਰ ਸਕਦੀ ਹੈ ਹਰ ਤਨਾਡ ਵੀਰ ਕਰ ਸਕਦਾ ਹੈ ਹਾਂ ਥੜੀ ਪਛਾਣ ਧਿਆਨ ਨਾਲ ਕਰੋ ਪ੍ਰੇਰਣਾ ਕਰੋ ਹੌਲੀ ਹੌਲੀ ਇਨਵੈਸਟ ਕਰੋ ਸੋ ਇਹਨੂੰ ਸੀਡ ਕੈਪੀਟਲ ਅੱਜਕਲ ਕਿਹਾ ਜਾਂਦਾ ਹੈ ਤੇ ਅਸੀਂ ਆਪਣੇ ਬੰਦਿਆਂ ਨੂੰ ਇਹ ਸੀਡ ਕੈਪੀਟਲ ਪ੍ਰੋਵਾਈਡ ਕਰਕੇ ਅਸੀਂ ਬਹੁਤ ਵੱਡੀਆਂ ਇਹ ਸੇਵਾਵਾਂ ਕਰ ਸਕਦੇ ਹਾਂ ਤੇ ਮੈਂ ਇੱਥੇ ਹੀ ਸਮਾਪਤੀ ਕਰਾਂਗਾ ਹੋਰ ਬਹੁਤ ਜ਼ਿਆਦਾ ਗੱਲਾਂ ਕਰਨ ਵਾਲੀਆਂ ਆਪ ਸਾਰਿਆਂ ਕੋਲ ਵੀ ਹੋਣਗੀਆਂ ਤੇ ਅਸੀਂ ਸਾਰੇ ਜਣੇ ਯਤਨ ਕਰੀਏ ਕਿ ਵਰਲਡ ਸਿੱਖ ਐਂਟਰਪ੍ਰਾਈਜ਼ ਡੇ 11 ਨਵੰਬਰ ਨੂੰ ਇਹਦੇ ਬਾਰੇ ਕੁਝ ਵੀ ਕਰ ਸਕਦੇ ਹੋਈਏ ਹਾਂ ਮੈਨੂੰ ਯਾਦ ਆਇਆ ਜੀ ਅਸੀਂ ਇੱਥੇ ਨੌਜਵਾਨ ਬੱਚਿਆਂ ਦੀ ਇੱਕ ਟੀਮ ਤਿਆਰ ਕੀਤੀ ਹੈ 20 ਬੱਚੇ ਉਹਨਾਂ ਨੂੰ ਅਸੀਂ ਜਿਹੜਾ ਲੈਕਚਰ ਅੱਜ ਮੈਂ ਇੱਥੇ ਦੇਤੇ ਨੂੰ ਬੜੇ ਸੰਖੇਪ ਵਿੱਚ ਕਰਕੇ 5 ਜਾਂ 10 ਮਿੰਟ ਦਾ ਇੱਕ ਦੋ ਵਰਕਾ ਤਿਆਰ ਕਰਕੇ ਦੇ ਰਹੇ ਹਾਂ ਤੇ ਉਹਨਾਂ ਨੂੰ ਕਹਿ ਰਹੇ ਹਾਂ ਆਪਣੇ ਆਪਣੇ ਗੁਰਦੁਆਰੇ 'ਇ ਲੈਕਚਰ ਕਰੋ ਜੀ। ਸੋ ਇੱਥੇ ਇੱਕ ਗਰੁੱਪ ਵਿੱਚ ਅਗਰ ਵੀਰ ਜੀ ਆਗਿਆ ਕਰਨਗੇ ਤੇ ਮੈਂ ਵੀਰ ਜੀ ਨੂੰ ਭੇਜ ਦਾਂਗਾ ਤੇ ਅਸੀਂ ਵੀ ਜਿੱਥੇ ਵੀ ਬੈਠੇ ਹਾਂ 11 ਨਵੰਬਰ ਨੂੰ ਆਪਣੇ ਗੁਰਦੁਆਰੇ ਜਾਂ ਉਹਦੇ ਨੇੜੇ-ਤੇੜੇ ਇੱਕ ਦੋ ਦਿਨ ਪਹਿਲਾਂ ਬਾਅਦ ਦੇ ਵਿੱਚ ਅਸੀਂ ਵਰਲਡ ਸਿੱਖ ਐਂਟਰਪ੍ਰਾਈਜ਼ ਡੇ ਵਿਸ਼ਵ ਸਿੱਖ ਉਦਮ ਦਿਵਸ ਦੀ ਗੱਲ ਡਾਕਟਰ ਇੰਦਰਜੀਤ ਸਿੰਘ ਨੂੰ ਯਾਦ ਕਰਦੇ ਆ ਜ਼ਰੂਰ ਕਰੀਏ ਤੇ ਆਪਣੀ ਕੌਮ ਦੇ ਬੱਚਿਆਂ ਨੂੰ ਇੱਕ ਹੋਪ ਦੇਈਏ ਕਿ ਅਸੀਂ ਤੁਹਾਡੇ ਨਾਲ ਖੜੇ ਆ ਬੱਚਿਓ ਔਰ ਮੈਨੂੰ ਲੱਗਦਾ ਹੈ ਕਿ ਜੇ ਪੰਜਾਬ ਵਿੱਚ ਇਹ ਮੂਹਮ ਚੱਲ ਜਾਏ ਤੇ ਸਾਡੇ ਬੱਚੇ ਜਿੰਨਾ ਜ਼ਿਆਦਾ ਇਹ ਇੱਕਦਮ ਭੱਜ-ਭੱਜ ਕੇ ਬਾਹਰ ਜਾ ਰਹੇ ਨੇ ਔਰ ਆਪਣਾ ਬਹੁਤ ਸਾਰਾ ਨੁਕਸਾਨ ਵੀ ਕਰ ਰਹੇ ਨੇ ਅਸੀਂ ਉਹਨੂੰ ਰੋਕ ਪਾਵਾਂਗੇ ਬਿਨਾ ਕੁਛੇ ਕਹੇ ਉਹਨਾਂ ਨੂੰ ਅਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰੀਏ ਸੋ ਇਹਨੇ ਅੱਖਾਂ ਨਾਲ ਮੈਂ ਖੇਮਾ ਦਾ ਜਾਚਕਾਂ ਕਤੇ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਕਿ ਮੈਂ ਇੱਕ ਦੋ ਗੱਲਾਂ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਮੈਂ ਦੇਖੀਆਂ ਨੇ ਤੇ ਇੱਕ ਤੇ ਜਿਹੜੀ ਵੀਰ ਜੀ ਨੇ ਗੱਲ ਕੀਤੀ ਭਰਤੀ ਦੀ ਬਈ ਉਹਨਾਂ ਨੇ ਬਹੁਤ ਜ਼ਿਆਦਾ ਭਰਤੀ ਕੀਤੀ ਮਤਲਬ ਲਕਲੀ ਮੇਰੀ ਵੀ ਜਿਹੜੀ ਉਹਨਾਂ ਦੇ ਨਾਲ ਸੇਵਾ ਐਜ ਐਪਰਸਨਲ ਆਫੀਸਰ ਮੈਂ ਉਥੇ ਮੈਂ ਉਸ ਡਿਪਾਰਟਮੈਂਟ ਚ ਕੰਮ ਕਰਦਾ ਸੀ ਤੇ ਉਹ ਵਾਕਈ ਬਹੁਤ ਸਾਰੇ ਉਹਨਾਂ ਨੇ ਨੌਜਵਾਨ ਜਿਹੜੇ ਨੇ ਉਹ ਪ੍ਰਤੀ ਕਿਤੇ ਔਰ ਜਿਨੇ ਕਿਉਂਕਿ ਤੁਹਾਡੇ ਕੋਲ ਜਿਸ ਵੇਲੇ ਪੋਟੈਂਸ਼ੀਅਲ ਆ ਜਾਏ ਉਹਨੂੰ ਵਰਤਣਾ ਵੀ ਹੈ ਤੇ ਉਹਨਾਂ ਨੂੰ ਕਿਤੇ ਲਾਉਣਾ ਵੀ ਹੈ ਫਿਰ ਨਾਲ ਹੀ ਹੁਕਮ ਕਰਤਾ ਵੀ ਤੁਸੀਂ ਜਿੱਥੇ ਵੀ ਮਤਲਬ ਪੂਰਾ ਡਿਪਾਰਟਮੈਂਟ ਬਣਾ ਦਿੱਤਾ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਪੰਜਾਬ ਦਾ ਕੋਈ ਪਿੰਡ ਹੈ ਜਿੱਥੇ ਕੋਈ ਇਤਿਹਾਸਕ ਘਟਨਾ ਹੋਈ ਹੈ ਉੱਥੇ ਬ੍ਰਾਂਚ ਖੋਲ੍ਹ ਦਿਓ ਤੁਸੀਂ ਅੱਜ ਵੀ ਪੰਜਾਬ ਪੰਜਾਬ ਵਿੱਚ ਦੇਖੋ ਬਹੁਤ ਸਾਰੇ ਜਿਹੜੇ ਪਿੰਡਾਂ 'ਚ ਬ੍ਰਾਂਚਾਂ ਖੁੱਲੀਆਂ ਨੇ ਪਾਮਬੜੇ ਦੀ ਮੋਟਸਨ ਪਰ ਤੇ ਕੋਈ ਨਾ ਕੋਈ ਇਤਿਹਾਸਿਕ ਗੱਲ ਜੁੜੀ ਹੋਈ ਹੈ ਮਤਲਬ ਇਹ ਤੁਸੀਂ ਦੇਖੋ ਉਹਨਾਂ ਦੀ ਕਿੰਨੀ ਥਿੰਕਿੰਗ ਸੀ ਇੱਕ ਮੈਂ ਉਹਨਾਂ ਦੇ ਸੁਭਾਅ ਦੀ ਗੱਲ ਦੱਸਦਾ ਵੀ ਇੱਕ ਵਾਰੀ ਕਿਸੇ ਬੈਂਕ ਦੇ ਕਿਸੇ ਬ੍ਰਾਂਚ ਦੇ ਮੈਨੇਜਰ ਨੇ ਕੋਈ ਡਾਢੀ ਭਾਰੀ ਗਲਤੀ ਕੀਤੀ ਤੇ ਜਿਸ ਕਰਕੇ ਉਹਨੂੰ ਮਤਲਬ ਆ ਵੀ ਛੁੱਟੀ ਕਰਨੀ ਸੀ ਪਰ ਤੁਸੀਂ ਦੇਖੋ ਉਹਨਾਂ ਦੇ ਮਤਲਬ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਹਿਊਮਨ ਟੱਚ ਕੀ ਹੈ ਕਿ ਡਾਕਟਰ ਸਾਹਿਬ ਨੇ ਉਸ ਦੀ ਵਾਈਫ ਨੂੰ ਪਹਿਲਾਂ ਕਿਸੇ ਬੈਂਕ ਵਿੱਚ ਭੇਜਤੀ ਕਰਾ ਕੇ ਤੇ ਬਾਅਦ ਵਿੱਚ ਐਕਸ਼ਨ ਲਿਆ ਵੀ ਤਾਂ ਹੈ ਉਹਦੇ ਬੱਚਿਆਂ ਦਾ ਮਤਲਬ ਹੈ ਵੀ ਕੋਈ ਕੀ ਬਣੇਗਾ ਸੋ ਇਹ ਹੀ ਉਹਨਾਂ ਦੀ ਇੱਕ ਬੜੀ ਵੱਡੀ ਜਿਹੜੀ ਹੈ ਉਹ ਗੱਲ ਲੱਗਦੀ ਹੈ ਵੀ ਤੁਸੀਂ ਦੇਖੋ ਵੀ ਕਿੰਨੀ ਮਤਲਬ ਹੈ ਉਹਨਾਂ ਦੇ ਅੰਦਰ ਹਿਊਮਨਿਟੇਰੀਅਨ ਮਤਲਬ ਹੈ ਵੀ ਸੇਫਟੀ ਸੀਗੀ ਤੇ ਇੱਕ ਗੱਲ ਹੋਰ ਜਿਹੜੀ ਹੈ ਵੀਰ ਜੀ ਨੇ ਕਹੀ ਹੈ ਸਰਜੀਤ ਸਿੰਘ ਜੀ ਰਣਕਾ ਨੇ ਕਿ ਇਹ ਇੰਜੀਨੀਅਰ ਉਹਨਾਂ ਨਾਲ ਟਰੈਵਲ ਕਰ ਰਹੇ ਸਨ ਤੇ ਉਹਨਾਂ ਨੂੰ ਬੈਂਕ 'ਚ ਲਿਆਂਦਾ ਉਹ ਇੰਜੀਨੀਅਰ ਨੇ ਬਾਅਦ 'ਚ ਇੱਕ ਨਹੀਂ ਦੋ ਬੈਂਕਾਂ ਦੇ ਚੇਅਰਮੈਨ ਵੀ ਰਹੇ ਹੁਣ ਭਰਤੀ ਬਸ ਨੇ ਇੰਨੀ ਉਹਨਾਂ ਤਰੱਕੀ ਕੀਤੀ ਤੀਸਰੀ ਗੱਲ ਮੈਂ ਦੱਸਣ ਲੱਗਾ ਕਿ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀਆਂ ਸਾਨੂੰ ਬਹੁਤ ਸਾਰੀਆਂ ਲਿਖਤਾਂ ਮਿਲਦੀਆਂ ਤੇ ਆਪਕੋ ਕਈਆਂ ਨੂੰ ਪਤਾ ਵੀ ਹੋਏਗਾ ਨਹੀਂ ਤੇ ਕਿਉਂਕਿ ਮੈਂ ਜ਼ਾਤੀ ਤੌਰ ਤੇ ਜਾਣਦਾ ਕਿਉਂਕਿ ਇਹ ਸਤਵੀਰ ਸਿੰਘ ਜੀ ਦੇ ਨਾਲ ਵੀ ਬਹੁਤ ਸਬੰਧ ਸਨ ਤੇ ਡਾਕਟਰ ਸਾਹਿਬ ਤੇ ਸਾਡੇ ਇੰਦਰਜੀਤ ਸਿੰਘ ਜੀ ਬੈਂਕ ਦੇ ਹੈਡ ਸਨ ਉਹਨਾਂ ਨੇ ਹਰ ਸਾਲ ਉਹਨਾਂ ਨੂੰ ਕਹਿਣਾ ਕਿ ਤੁਸੀਂ ਇਸ ਸਾਲ ਕਿਹੜੀਆਂ ਕਿਤਾਬਾਂ ਲਿਖਣੀਆਂ ਮਤਲਬ ਉਹਨਾਂ ਨੇ ਆਪ ਉਹਨਾਂ ਨੂੰ ਪ੍ਰੇਰਿਤ ਕਰਦੇ ਉਹਨਾਂ ਨੂੰ ਟਾਰਗੇਟ ਦੇਣਾ ਹਰ ਸਾਲ ਕਿ ਤੁਸੀਂ ਕਿਤਾਬਾਂ ਲਿਖਣੀਆਂ ਲਿਖਣੀਆਂ ਤੇ ਉਸ ਜਿਹੜੀ ਯੋਗ ਮਦਦ ਹੈ ਉਹ ਵੀ ਜ਼ਰੂਰ ਕੀਤੀ ਹੋਏਗੀ ਤੇ ਪਰ ਉਹਨਾਂ ਨੂੰ ਛਪਾਉਣ ਜਾਂ ਜੋ ਵੀ ਕਰਨਾ ਪਰ ਇਹ ਉਹਨਾਂ ਦੇ ਇੱਕ ਬੜਾ ਵੱਡਾ ਉਪਰਾਲਾ ਸੀ ਉਹਨਾਂ ਨੇ ਦੇਖਿਆ ਵੀ ਸਦੀਪ ਸਿੰਘ ਜੀ ਬਹੁਤ ਵਧੀਆ ਲਿਖਦੇ ਨੇ ਤੇ ਉਹਨਾਂ ਨਾਲ ਉਹਨਾਂ ਦੀ ਦੋਸਤੀ ਵੀ ਸੀਗੀ ਤਾਂ ਉਹਨਾਂ ਨੂੰ ਉਹਨਾਂ ਨੇ ਹਰ ਸਾਲ ਟਾਰਗੇਟ ਦੇਣਾ ਵੀ ਤੁਸੀਂ ਇਹ ਕਿਤਾਬਾਂ ਜੜੀਆਂ ਨੇ ਜ਼ਰੂਰ ਲਿਖੋ। ਤੋਂ ਇੱਕ ਗੱਲ ਮੈਂ ਹੋਰ ਕਹਿ ਕੇ ਕਿ ਜਿਸ ਵੇਲੇ ਉਹਨਾਂ ਨੇ ਸਪੋਜ਼ ਕਿਤੇ ਟ੍ਰੈਵਲ ਕਰ ਲੈ ਤੇ ਇੱਕ ਮਿੰਟ ਵੀ ਉਹ ਆਪਣਾ ਖਾਲੀ ਨਹੀਂ ਛੱਡਦੇ। ਸਮਝੋ ਉਹਨਾਂ ਨੇ ਚੰਡੀਗੜ੍ਹ ਤੋਂ ਜੇ ਪਟਿਆਲੇ ਜਾਣਾ ਤਾਂ ਉਹਨਾਂ ਨੇ ਉੱਥੇ ਦੇ ਜਿਹੜਾ ਜ਼ੋਨਲ ਮੈਨੇਜਰ ਹੈ ਉਹਨੂੰ ਨਾਲ ਬਿਠਾ ਲੈਣਾ ਤੇ ਜਿਹੜੀਆਂ ਕੋਈ ਹੋਰ ਨਵੇਂ ਪ੍ਰੋਜੈਕਟਸ ਜਾਂ ਡਿਸਕਸ਼ਨਸ ਹੁੰਦੀਆਂ ਸੀ ਉਹਨ ਦੀ ਵੇ ਕਰਕੇ ਜਾਨ ਜਾਨ ਜਿਹੜਾ ਟਾਈਮ ਲੱਗਣਾ ਹੈ ਉਹਨ ਮਤਰੇ ਕਮੈਂਟ ਨਾਲ ਆਪਣਾ ਵੇਸਟ ਕਰ ਰਹੇ ਨੇ ਉਹਨਾਂ ਦਾ ਉਹਨੂੰ ਵੀ ਪੂਰਾ ਫਰੂਟਫੁੱਲ ਤਰੀਕੇ ਨਾਲ ਉਹਨੂੰ ਯੂਜ਼ ਕਰਨਾ ਕਿ ਉਹ ਪੂਰਾ ਪ੍ਰੋਜੈਕਟ ਬਣਾ ਇੱਕ ਗੱਲ ਜਿਹੜੀ ਰਣਕੁਮਾਰ ਜੀ ਨੇ ਕਹੀ ਹੈ ਮੈਂ ਵੀ ਉਹ ਤਾਇਦ ਕਰਨੀ ਚਾਹਨਾ ਕਿ ਡਾਕਟਰ ਸਾਹਿਬ ਨੇ ਕੋਈ ਵੀ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੁੰਦਾ ਸੀ ਤੇ ਉਹ ਅਮਰਤਵਿਲੇ ਉੱਠ ਕੇ ਉਹਦੀ ਰੂਪਰੇਖਾ ਬਣਾਉਂਦੇ ਸਨ ਰੂਪਰੇਖਾ ਅਮਰਤਵਿਲੇ ਦੀ ਹੁੰਦੀ ਸੀ ਉਸ ਤੋਂ ਬਾਅਦ ਆ ਕੇ ਉਹਨੂੰ ਮਤਲਬ ਆ ਵੀ ਉਹ ਦਫ਼ਤਰ 'ਚ ਦੱਸਦੇ ਸੀਗੇ ਪਰ ਜਿੰਨਾ ਚਿਰ ਉਹਨਾਂ ਦਾ ਪ੍ਰੋਜੈਕਟ ਉਹ ਕੰਪਲੀਟ ਨਹੀਂ ਹੁੰਦੀ ਉਹਨਾਂ ਦੀ ਜੋ ਉਹਨਾਂ ਦੀ ਪਲੈਨਿੰਗ ਕਰਨੀ ਹੁੰਦੀ ਉਹ ਹਮੇਸ਼ਾ ਉਹ ਅਮਰਤਵਿਲੇ ਅੱਜ ਨਹੀਂ ਤੇ ਫਿਰ ਕੱਲ ਬਾਕੀ ਰਹਿ ਗਈ ਉਸ ਤੋਂ ਅਗਲੇ ਬਾਕੀ ਰਹਿ ਗਈ ਕਰਦੇ ਅਮਰਤਵਿਲੇ ਸਨ ਇਹ ਉਹਨਾਂ ਦੇ ਮਨ 'ਚੋ ਵਿਸ਼ਵਾਸ ਸੀ ਕਿ ਅਮਰਤਵਿਲੇ ਦਾ ਕੀਤਾ ਕੰਮ ਜਿਹੜਾ ਉਹ ਬਹੁਤ ਸਕਸੈਸਫੁਲ ਹੁੰਦਾ ਤੋ ਇਹ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਝੀਆਂ ਕੀਤੀਆਂ ਨੇ ਖਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ